ਤੋਂ ਪਹਿਲਾਂ ਅੱਜ ਦਾ ਪ੍ਰੋਗਰਾਮ, ਅੱਜ ਦਾ ਮੁੱਦਾ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਹਰਵਿੰਦਰ ਰਿਆੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ 23 ਮਈ ਤੱਕ ਤਕਰੀਬਨ ਸਾਰੇ ਨਿਊਜ਼ ਚੈਨਲ ਜਾਂ ਦਰਸ਼ਕ, ਉਹਨਾਂ ਦੀਆਂ ਨਿਗਾਹਾਂ ਵੀ ਚੋਣ ਸਮੀਕਰਨਾਂ ਦੇ ਉੱਤੇ ਹੀ ਟਿੱਕੀਆਂ ਜਿਹੜੀਆਂ ਨੇ ਉਹ ਰਹਿਣਗੀਆਂ ਜਾਂ ਟਿੱਕੀਆਂ ਰਹਿੰਦੀਆਂ ਨੇ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪੰਜਾਬੀਆਂ ਦਾ ਖਾਸ ਤੌਰ ਦੇ ਉੱਤੇ ਪੰਜਾਬੀ ਨਾਲ ਲਗਾਓ ਹੋਣ ਕਰਕੇ, ਪੰਜਾਬੀ ਆਪਣੇ ਸੂਬੇ ਨਾਲ ਲਗਾਓ ਹੋਣ ਕਰਕੇ ਪੰਜਾਬ ਦੀ ਧਰਾਤਲ ਅਤੇ ਪੰਜਾਬ ਦੀ ਰਾਜਨੀਤੀ ਵੱਲ ਬਹੁਤ ਵੱਡੇ ਪੱਧਰ ਦੇ ਉੱਤੇ ਨਿਗਾਹਾਂ ਟਿੱਕੀਆਂ ਹੁੰਦੀਆਂ ਨੇ। ਮੀਡੀਆ ਨੇ ਸਨੀ ਦਿਓਲ ਦੀ ਪੂਰੀ ਕੰਪੇਨ ਬਣਾ ਦਿੱਤੀ ਹੈ। ਪੰਜਾਬ ਦੇ ਵਿੱਚ ਗੁਰਦਾਸਪੁਰ ਸੀਟ ਦੇ ਉੱਤੇ ਸਨੀ ਦਿਓਲ ਨੂੰ ਇੱਕ ਹੋਰ ਫਾਇਦਾ ਹੋ ਗਿਆ ਕਿ ਭਾਵੇਂ ਉਸ 'ਤੇ ਨਾਮਜ਼ਦਗੀ ਕਾਗਜ਼ ਜਿਹੜੇ ਨੇ ਉਹ ਕਿਸੇ ਹੋਰ ਨਾਂ ਤੋਂ ਭਰੇ ਗਏ ਨੇ, ਪਰ ਸਨੀ ਦਿਓਲ ਦੇ ਜਿਹੜਾ ਬੈਲਟ ਪੇਪਰ ਹੈ ਜਾਂ ਉਸ 'ਤੇ EVM ਮਸ਼ੀਨ ਹੈ, ਉਸ ਦੇ ਉੱਤੇ ਉਸਦਾ ਅਜੇ ਸਿੰਘ ਦਿਓਲ ਨਹੀਂ ਲਿਖਿਆ ਜਾਏਗਾ, ਉੱਥੇ ਸਨੀ ਦਿਓਲ ਹੀ ਲਿਖਿਆ ਜਾਏਗਾ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਦਾ ਖੌਫ ਜਿਹੜਾ ਹੈ ਉਹ ਸਤਾ ਰਿਹਾ ਸੀ। ਪਰ ਅੱਜ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਇਹ ਚੋਣ ਜੇਕਰ ਸਨੀ ਦਿਓਲ ਜਿੱਤਦਾ ਤਾਂ ਫਿਰ ਵੀ ਉਹ ਪੰਜਾਬ ਦਾ ਇੱਕ ਪੁੱਤ ਜਿੱਤੇਗਾ, ਨਾ ਕਿ ਭਾਰਤੀ ਜਨਤਾ ਪਾਰਟੀ ਜਿੱਤੇਗੀ। ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਫਖਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ। ਜਦੋਂ ਚੋਣਾਂ ਸਿਰ ਦੇ ਉੱਤੇ ਆਉਂਦੀਆਂ ਨੇ ਤਾਂ ਮੈਂ ਸਮਝਾਂਗਾ ਕਿ ਹਰ ਰਾਜਨੀਤਿਕ ਵਿਅਕਤੀ ਜਿਹੜਾ ਉਹ ਇੱਦਾਂ ਦੇ ਪੈਤੜੇ ਵਰਤਦਾ ਹੈ ਕਿ ਉਹ ਪੈਤੜੇ ਜਿਹੜੇ ਨੇ ਉਹ ਬਹੁਤ ਸ਼ਰਮਸਾਰ ਜਿਹੇ ਪੈਤੜੇ ਹੁੰਦੇ ਨੇ। ਕਈ ਬੰਦੇ ਜਿਹੜੇ ਨੇ ਉਹ ਆਪਣੇ ਸਟੈਂਡ ਦੇ ਉੱਤੇ ਨਹੀਂ ਰਹਿੰਦੇ। ਮੈਨੂੰ ਅੱਜ ਅਸਚਰਜ ਦੇ ਵਿੱਚੋਂ ਮਾਣਯੋਗ ਸੂਫੀ ਗਾਇਕ ਹੰਸ ਰਾਜ ਹੰਸ ਜਿਹੜੇ ਦਿੱਲੀ ਤੋਂ ਇਲੈਕਸ਼ਨ ਲੜ ਰਹੇ ਨੇ, ਉਹਨਾਂ ਦੀ ਸਟੇਟਮੈਂਟ ਦੇ ਉੱਤੇ ਏਡਾ ਕੁ ਤਰਸ ਆਇਆ ਜਦੋਂ ਕਿਸੇ ਪੱਤਰਕਾਰ ਨੇ ਉਹਨਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਦਲਿਤ ਸ਼ਬਦ ਤੋਂ ਸ਼ਰਮ ਆਉਂਦੀ ਹੈ, ਵੀ ਦਲਿਤ ਸ਼ਬਦ ਤਾਂ ਹੈ ਹੀ ਨਹੀਂ, ਕੋਈ ਵੀ ਕਿਤੇ ਵੀ ਨਹੀਂ ਲਿਖਿਆ। ਇੱਥੋਂ ਤੱਕ ਕਿ ਉਹਨੇ ਇਹ ਵੀ ਗੱਲ ਕਹਿ ਦਿੱਤੀ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਤਾਂ ਦਲਿਤ ਸ਼ਬਦ ਜਿਹੜਾ ਉਹ ਕਿਧਰੇ ਵੀ ਨਹੀਂ ਲਿਖਿਆ, ਔਰ ਭਾਰਤੀ ਜਨਤਾ ਪਾਰਟੀ ਦਾ ਤਾਂ ਇਸ਼ਟ ਜਿਹੜਾ ਉਹ ਬਿਲਕੁਲ ਨਹੀਂ। ਉਹਨਾਂ ਨੇ ਪ੍ਰਧਾਨ ਮੰਤਰੀ ਨੇ ਜੇਕਰ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਉਹਨਾਂ ਨੇ ਉਹਦੇ ਵਿੱਚ ਦਲਿਤ ਸ਼ਬਦ ਨਹੀਂ ਵਰਤਿਆ, ਸਾਰਿਆਂ ਵਾਸਤੇ ਸਾਂਝੀ ਗੱਲ ਕੀਤੀ ਹੈ। ਪਰ ਮੈਂ ਸਮਝਾਂਗਾ ਕਿ ਉਹ ਇਹ ਗੱਲ ਬਾਕਾਇਦਾ ਤੌਰ ਦੇ ਉੱਤੇ ਭੁੱਲ ਗਏ ਹੰਸ ਰਾਜ ਹੰਸ, ਕਿ ਜਿੱਦਣ ਹਿੰਦੁਸਤਾਨ ਦਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਜੀ ਨੂੰ ਬਣਾਉਣਾ ਸੀ ਅਤੇ ਉਸ ਵੇਲੇ ਭਾਜਪਾ ਦੇ ਕੇਂਦਰੀ ਦਫ਼ਤਰ ਤੋਂ ਬਾਕਾਇਦਾ ਤੌਰ ਦੇ ਉੱਤੇ ਪ੍ਰੈਸ ਨੋਟ ਜਾਰੀ ਹੋਇਆ ਸੀ ਕਿ ਇਸ ਵਾਰ ਭਾਰਤ ਦਾ ਰਾਸ਼ਟਰਪਤੀ ਇੱਕ ਦਲਿਤ ਬਣੇਗਾ। ਔਰ ਜਿੱਥੇ ਤੱਕ ਮੈਂ ਸਮਝਾਂਗਾ ਕਿ ਜਿਹੜੇ ਲੋਕਾਂ ਦੀ ਉਹ ਗੱਲ ਕਰਦੇ ਨੇ, ਉਸ ਵੇਲੇ ਇੱਕ ਮੂਵਮੈਂਟ ਜਿਹੜੀ ਉਹ ਸ਼ੁਰੂ ਵੀ ਉਹਨਾਂ ਲੋਕਾਂ ਲਈ ਹੋਈ ਜਿਹੜੇ ਦਲਿਤ ਸਨ, ਦਲਿਤ ਸ਼ਬਦ ਦੀ ਪਰਿਭਾਸ਼ਾ ਤੋਂ ਬਿਲਕੁਲ ਕੋਰੇ ਅਣਜਾਣ ਹੰਸ ਰਾਜ ਹੰਸ ਜਿਹੜੇ ਨੇ, ਜਿਹਨਾਂ ਨੂੰ ਇਹ ਨਹੀਂ ਪਤਾ ਕਿ ਦਲਿਤ ਸ਼ਬਦ ਦੀ ਪਰਿਭਾਸ਼ਾ ਜਿਹੜੀ ਸੀ ਉਹ ਸਿਰਫ ਦੁਖੀ ਲਤਾੜੇ ਅਤੇ ਤੰਗ ਜਿਹੜੇ ਲੋਕਾਂ ਵਾਸਤੇ ਵਰਤੀ ਸੀ, ਨਾ ਕਿ ਜਾਤੀ ਸੂਚਕ ਦੇ ਆਧਾਰ ਦੇ ਉੱਤੇ ਵਰਤੀ ਗਈ। ਅੱਜ ਵੀ ਵਰਤੀ ਜਾ ਰਹੀ ਹੈ। ਜਦੋਂ ਸਭ ਤੋਂ ਪਹਿਲਾਂ ਬਾਮ ਸੇਫ ਤੋਂ ਬਾਅਦ DS-4 ਬਣਾਈ ਗਈ ਤਾਂ DS-4 ਦੇ ਮਤਲਬ ਕਿਸੇ ਨੂੰ ਨਹੀਂ ਪਤਾ ਸੀ, ਕਿਉਂਕਿ ਕਾਂਸ਼ੀ ਰਾਮ ਹੁਣਾਂ ਦਾ ਮਾਰਗ ਜਿਹੜਾ ਸੀ ਉਹ ਡਾਕਟਰ BR ਅੰਬੇਦਕਰ ਵਾਲਾ ਮਾਰਗ ਸੀ। ਬਾਮ ਸੇਫ ਪੜ੍ਹੇ ਲਿਖੇ ਮੁਲਾਜ਼ਮਾਂ ਦੀ ਇੱਕ ਬਕਾਇਦਾ ਤੌਰ 'ਤੇ ਵੱਡੀ ਜਮਾਤ ਸੀ, ਉਸ ਤੋਂ ਬਾਅਦ DS-4 ਬਣੀ, ਔਰ ਜਿਸ ਦਾ ਮਤਲਬ ਹੀ ਦਲਿਤ ਸੋਸ਼ਲ ਸਮਾਜ ਸੰਘਰਸ਼ ਸੰਪਤੀ
ਮਤਲਬ ਡੀ ਐਸ ਦਲਿਤ ਸੋਸ਼ਲ ਸੋਸ਼ਲ ਦੇ ਉੱਤੇ ਚੌਕਾ ਪਾਇਆ ਹੁੰਦਾ ਸੀ ਸ਼ਾਇਦ, ਮੇਰਾ ਖਿਆਲ ਹੈ ਕਿ ਉਸ ਵੇਲੇ ਦੇ ਵਿੱਚ ਪੱਤਰਕਾਰੀ ਕਰਦੇ ਲੋਕਾਂ ਨੂੰ ਸ਼ਾਇਦ ਇਹ ਯਾਦ ਹੋਵੇ ਜਾਂ ਨਾ ਯਾਦ ਹੋਵੇ, ਅਤੇ ਉਸ ਤੋਂ ਬਾਅਦ ਪੂਰਨ ਰੂਪ ਦੇ ਵਿੱਚ ਸਭ ਕੁਛ ਛਾਣ ਪੀਣ ਕੇ ਜਿਹੜੀ ਸੀ ਉਹ ਰਾਜਨੀਤਿਕ ਹਸਤੀ ਦੇ ਤੌਰ ਦੇ ਉੱਤੇ ਬਹੁਜਨ ਸਮਾਜ ਪਾਰਟੀ ਬੀ ਐੱਸ ਪੀ ਜਿਹੜੀ ਸੀ ਉਹ ਹੋਂਦ ਵਿੱਚ ਆਈ, ਭਾਵੇਂ ਕਿ ਬਹੁਜਨ ਸਮਾਜ ਪਾਰਟੀ ਵੀ ਜਿਸ ਪ੍ਰਤੱਖਾਂ ਨੂੰ ਲੈ ਕੇ ਹੋਂਦ ਦੇ ਵਿੱਚ ਆਈ ਉਹ ਉਸ ਮੁਕਾਮ ਦੇ ਉੱਤੇ ਨਹੀਂ ਰਹਿ ਸਕੀ, ਕਿਉਂਕਿ ਮਾਇਆਵਤੀ ਤੋਂ ਬਾਅਦ ਉਸਨੇ ਰਾਜਨੀਤਿਕ ਸਮਝੌਤਿਆਂ ਨੇ ਬਹੁਜਨ ਸਮਾਜ ਪਾਰਟੀ ਦੇ ਅਸਲ ਮਿਸ਼ਨ, ਅਸਲ ਉਸ ਦੇ ਨਾਲ ਜੁੜੇ ਹੋਏ ਲੋਕਾਂ ਦੇ ਮਨੋਰਥ ਨੂੰ ਵੀ ਖਦੇੜਿਆ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਕਦੇ ਮੈਂ ਸਮਝਾਂਗਾ ਕਿ ਉਸਨੇ ਦਲਿਤਾਂ ਦੀ ਗੱਲ ਜਿਹੜੀ ਹੈ ਦਲਿਤ ਪੱਤਾ ਖੇਡਣ ਦੀ ਗੱਲ ਕੀਤੀ, ਕਦੇ ਚੋਣ ਜਿੱਤਣ ਵਾਸਤੇ ਉਸਨੇ ਇਹ ਗੱਲ ਕੀਤੀ ਕਿ ਹਾਥੀ ਸੰਖ ਵਜਾਏਗਾ ਔਰ ਬਾਹਮਣ ਹਾਥੀ ਚਲਤਾ ਜਾਏਗਾ ਔਰ ਬਾਹਮਣ ਸੰਖ ਵਜਾਏਗਾ, ਇਸ ਤਰ੍ਹਾਂ ਦੇ ਨਾਅਰੇ ਵੀ ਜਿਹੜਾ ਹੈ ਉਸਨੇ ਮਤਲਬ ਭੁਲਾਉਣ ਵਾਸਤੇ ਦਿੱਤੇ। ਖੈਰ ਅਸੀਂ ਰਾਜਨੀਤਿਕ ਦੇ ਮਿਆਰਾਂ ਦੇ ਘਟੀਆਪਣ ਜਿਹੜਾ ਉਸ ਪੱਧਰ ਦੇ ਉੱਤੇ ਨਾ ਜਾਈਏ, ਪਰ ਚੋਣਾਂ ਦੇ ਵਿੱਚ ਜਿਸ ਜਿਸ ਤਰ੍ਹਾਂ ਦੇ ਅਸਚਰਜ ਹੋ ਰਹੇ ਨੇ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਖਰੇ ਵੱਖਰੇ ਕਿਸਮ ਦੇ ਖੁਲਾਸੇ ਜਿਹੜੇ ਨੇ ਉਹ ਲੋਕਾਂ ਦੀਆਂ ਸ਼ੰਕਾਵਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਟਿਕੇ ਹੋਏ ਨੇ। ਔਰ ਅੱਜ ਦੀ ਤਰੀਕ ਦੇ ਵਿੱਚ ਮੈਂ ਸਮਝਾਂਗਾ ਕਿ ਬਹੁਤ ਲੋਕ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਨੂੰ ਅਣਗੌਲਿਆ ਕਰਦੇ ਨੇ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਉਹਦਾ ਜ਼ਿਕਰ ਵੀ ਨਾ ਕੀਤਾ ਜਾਵੇ, ਕਿਉਂ ਨਾ ਜ਼ਿਕਰ ਕੀਤਾ ਜਾਵੇ ਜਿਹੜੀ ਪਾਰਟੀ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਬੈਠੀ ਹੈ। ਪਰ ਮੈਨੂੰ ਜਿੰਨਾ ਕੁ ਯਕੀਨ ਹੈ ਕਿ ਥੋੜ੍ਹੇ ਦਿਨਾਂ ਦੇ ਵਿੱਚ ਹੀ ਆਮ ਆਦਮੀ ਪਾਰਟੀ ਆਪਣਾ ਵਿਰੋਧੀ ਧਿਰ ਦਾ ਰੁਤਬਾ ਜਿਹੜਾ ਉਹ ਗਵਾ ਲਏਗੀ। ਕਿਉਂ? ਉਸ ਦੇ ਵਿੱਚ ਦੇਖਣ ਵਾਲੀ ਗੱਲ ਹੈ ਕਿ ਤਕਰੀਬਨ ਚਾਰ ਵਿਧਾਇਕਾਂ ਨੇ ਅਸਤੀਫੇ ਦੇ ਦਿੱਤੇ ਨੇ, ਕੁਛ ਵਿਧਾਇਕ ਜਿਹੜੇ ਨੇ ਉਹ 20 ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਉਹ ਇੱਕ ਗਰੁੱਪ ਦੇ ਨਾਲ ਇੱਕ ਖੇਮੇ ਦੇ ਵਿੱਚ ਵੱਖਰੇ ਤੌਰ ਦੇ ਉੱਤੇ ਬੈਠੇ ਹੋਏ ਨੇ। ਅਕਾਲੀ ਦਲ ਦੇ 15 ਵਿਧਾਇਕ ਨੇ, ਅਕਾਲੀ ਦਲ ਦੇ ਸ਼੍ਰੋਮਣੀ ਅਕਾਲੀ ਦਲ ਦੇ 15 ਵਿਧਾਇਕ ਨੇ, ਪਰ ਅੱਜ ਜਿੱਥੇ ਕੁਛ ਵਿਧਾਇਕਾਂ ਨੇ ਇਕੱਠੇ ਹੋ ਕੇ 10 ਵਿਧਾਇਕਾਂ ਨੇ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ। ਜੇਕਰ 10 ਵਿਧਾਇਕ ਵੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਆ, 14 ਵਿਧਾਇਕ ਵੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਆ, ਤਾਂ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਕੋਲ ਫਿਰ ਵੀ ਵਿਰੋਧੀ ਧਿਰ ਦਾ ਰੁਤਬਾ ਜਿਹੜਾ ਉਹ ਨਹੀਂ ਰਹੇਗਾ। ਜਿਹੜੀ ਰੇਤ ਮੈਂ ਸਮਝਾਂਗਾ ਕਿ ਚੀਮਾ ਸਾਹਿਬ ਨੇ ਜਾਂ ਉਹਨਾਂ ਦੇ ਸਾਥੀਆਂ ਨੇ ਛਾਣਨੀ ਦੇ ਵਿੱਚ ਪਾ ਕੇ ਛਾਣਨੀ ਸੀ, ਉਹ ਮੇਰਾ ਖਿਆਲ ਹੈ ਕਿ ਲਗਭਗ ਛਾਣੀ ਗਈ ਹੈ ਔਰ ਢੇਰੀ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਆ। ਬਹੁਤ ਵੱਡੇ ਪੱਧਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਚੰਗੇ ਨੇਤਾ ਜਿਹੜੇ ਨੇ ਉਹ ਲੋਕ ਵੀ ਕੰਮ ਕਰ ਰਹੇ, ਜਿਨ੍ਹਾਂ ਦਾ ਮੈਂ ਸਮਝਾਂਗਾ ਕਿ ਕੁਰਬਾਨੀਆਂ ਵਾਲੇ ਲੋਕ ਨੇ, ਔਰ ਪਰ ਰਾਜਨੀਤਿਕ ਸਮਝੌਤਿਆਂ ਦੇ ਵਿੱਚ ਉਹੀ ਕਬੂਤਰ ਵੱਡੇ ਪੱਧਰ ਦੇ ਉੱਤੇ ਉੱਡ ਰਹੇ ਨੇ ਜਿਹੜੇ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਆਏ। ਅੱਜ ਮੈਂ ਸਮਝਾਂਗਾ ਕਿ ਆਮ ਆਦਮੀ ਪਾਰਟੀ ਦੇ ਉੱਤੇ ਵੱਡੇ ਅਹੁਦੇ ਦੇ ਉੱਤੇ ਤੈਨਾਤ ਅਮਨ ਅਰੋੜਾ ਜੀ, ਜਿਨ੍ਹਾਂ ਦੀ ਵਿਚਕਾਰ ਸੈਂਟਰ ਬੈਠੇ ਹਾਂ, ਤੁਸੀਂ ਤਸਵੀਰ ਵੀ ਦੇਖ ਰਹੇ ਸੀ, ਉਹ ਕਿੰਨਾ ਕੁ ਆਪਣੇ ਹਲਕੇ ਦੇ ਵਿੱਚ ਸੰਗਰੂਰ ਹਲਕੇ ਦੇ ਵਿੱਚ ਭਗਵੰਤ ਮਾਨ ਦੀ ਇਲੈਕਸ਼ਨ ਕੰਪੇਨ ਦੇ ਵਿੱਚ ਤੁਹਾਨੂੰ ਚੋਣ ਪ੍ਰਚਾਰ ਕਰਦੇ ਦਿਖੇ। 90% ਉਹਨਾਂ ਦੀ ਖਾਮੋਸ਼ੀ, ਗੂੰਗੀ ਚੁੱਪ ਸਮੁੱਚੀ ਇਲੈਕਸ਼ਨ ਦੇ ਵਿੱਚ ਸਿਰਫ ਅਤੇ ਸਿਰਫ ਇੱਕ ਟੈਲੀਵਿਜ਼ਨ ਦੇ ਉੱਤੇ ਆਪਣੀ ਸਟੇਟਮੈਂਟ ਜਾਰੀ ਕਰਨਾ, ਔਰ ਜਿੰਨੇ ਕੁ ਉਹਨਾਂ ਦੇ ਸੁਨਾਮ ਦੇ ਵਿੱਚੋਂ ਸਾਥੀ ਸਨ ਉਹ ਉਹਨਾਂ ਨੇ ਕਾਂਗਰਸ ਦੇ ਵਿੱਚ ਜਿਹੜੇ ਸ਼ਾਮਲ ਹੋਏ, ਔਰ ਆਮ ਲੋਕਾਂ ਦਾ ਦੋਸ਼ ਹੈ ਕਿ ਉਹਨਾਂ ਨੇ ਖੁਦ ਕਾਂਗਰਸ ਦੇ ਵਿੱਚ ਸ਼ਾਮਲ ਕਰਾਏ, ਕਿਉਂਕਿ ਅਮਨ ਅਰੋੜਾ ਜਿਹੜੇ ਨੇ ਉਹ ਅੱਜ ਨਹੀਂ
ਬੇਅੰਤ ਸਿੰਘ ਪਰਿਵਾਰ ਤੋਂ ਵੀ ਪਹਿਲਾਂ ਤੋਂ ਕਾਂਗਰਸ ਪਰਿਵਾਰ ਦੇ ਵਿੱਚ ਸਨ ਔਰ ਜਦੋਂ ਜਿਮਨੀ ਚੋਣ ਵੀ ਹੋਈ ਉਸ ਵੇਲੇ ਮੈਂ ਸਮਝਾਂਗਾ ਕਿ ਅਮਨ ਅਰੋੜਾ ਇੱਕ ਵਾਰ ਉਹਨਾਂ ਵੇਲਿਆਂ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਸਨ। ਕਾਂਗਰਸ ਵੱਲੋਂ ਦੁਬਾਰਾ ਟਿਕਟ ਉੱਥੋਂ ਨਾ ਮਿਲਣ ਦੇ ਉੱਤੇ ਉਹਨਾਂ ਦੇ ਪਿਤਾ ਜੀ ਵੀ ਚੋਣ ਲੜਦੇ ਰਹੇ, ਨਾ ਟਿਕਟ ਮਿਲਣ ਦੇ ਉੱਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ। ਪਰ ਮੈਂ ਸਮਝਾਂਗਾ ਕਿ ਤੁਰੰਤਰ ਆਗੂਆਂ ਦੇ ਵਿੱਚ ਗਿਣੇ ਜਾਂਦੇ ਨੇ। ਭਗਵੰਤ ਮਾਨ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਦੋਸ਼ ਲੱਗਦੇ ਨੇ। ਭਗਵੰਤ ਮਾਨ ਕਿੰਨੇ ਕੁ ਲੋਕਾਂ ਨੂੰ ਇਕੱਠੇ ਲੈ ਕੇ ਚੱਲਿਆ, ਔਰ ਮੈਂ ਸਮਝਾਂਗਾ ਕਿ ਜੇਕਰ ਭਗਵੰਤ ਮਾਨ ਦੇ ਹੱਥ ਦੇ ਵਿੱਚੋਂ ਅਮਨ ਅਰੋੜਾ ਵਰਗੀ ਕਮਾਂਡ ਵੀ ਨਿਕਲ ਜਾਂਦੀ ਹੈ ਕਿ ਉਹ ਕਿਉਂ ਅਮਨ ਅਰੋੜਾ ਸੰਗਰੂਰ ਤੋਂ ਭਗਵੰਤ ਮਾਨ ਦੀ ਇਲੈਕਸ਼ਨ ਕੰਪੇਨ ਲਈ ਨਹੀਂ ਤੁਰਿਆ, ਜਦਕਿ ਸਿਰਫ ਅਤੇ ਸਿਰਫ ਇੱਕ ਅੱਧ ਸੀਟ ਹੀ ਆਮ ਆਦਮੀ ਪਾਰਟੀ ਦੇ ਕੋਲ ਇਹ ਹੈ ਜਿਸ ਤੋਂ ਇੱਕ ਉਮੀਦ ਜਿਤਾਈ ਜਾ ਸਕਦੀ ਹੈ, ਜਾਂ ਪਾਰਟੀ ਦਾ ਵਜੂਦ ਜਿਹੜਾ ਉਹ ਪੰਜਾਬ ਦੇ ਵਿੱਚ ਬਚਦਾ ਖੁੱਚਦਾ ਜਿਹੜਾ ਉਹ ਰੱਖਿਆ ਜਾ ਸਕੇ। ਜਿਸ ਤਰ੍ਹਾਂ ਦੀ ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੇ ਕਾਗਜ਼ ਦਾਖਲੇ ਦੇ ਮੌਕੇ ਦੇ ਉੱਤੇ ਕੜੀ ਘੋਲੀ ਹੈ, ਉਹ ਵੀ ਲੋਕਾਂ ਦੇ ਕੋਲੋਂ ਜਿਹੜੀ ਹੈ ਉਹ ਕੋਈ ਲੁਕੀ ਛਿਪੀ ਨਹੀਂ, ਔਰ ਇੰਨੇ ਵੱਡੇ ਅਤੇ ਅਹਿਮ ਰੁਤਬਿਆਂ ਦੇ ਉੱਤੇ ਹੋ ਕੇ ਬਹੁਤ ਲੋਕਾਂ ਨੂੰ ਇਸ ਗੱਲ ਦਾ ਦੁੱਖ ਵੀ ਲੱਗਦਾ ਹੈ। ਪਰ ਮਸਲਾ ਇਸ ਗੱਲ ਦਾ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਅਸਚਰਜ ਵਾਪਰਨਗੇ ਕਿ ਜੋ ਕਹਿੰਦਾ ਸੀ ਮੈਂ ਪਰਬਤ ਹਾਂ ਹਿਲਾ ਸਕਦਾ ਨਹੀਂ, ਕੋਈ ਉਹ ਪਾਰੇ ਵਾਂਗ ਥਿੜਕੇਗਾ, ਕਦੇ ਮੈਂ ਸੋਚਿਆ ਨਾ ਸੀ। ਆਮ ਰਾਜਸੀ ਨਹੀਂ ਪੱਤਰਕਾਰ ਪੰਡਿਤਾਂ ਦੀਆਂ ਕਿਆਸ ਅਰਾਈਆਂ ਬਣ ਰਹੀਆਂ ਨੇ ਕਿ ਇਲੈਕਸ਼ਨ ਦੇ ਮਾਹੌਲ ਤੋਂ ਪਹਿਲਾਂ ਪਹਿਲਾਂ ਅਮਨ ਅਰੋੜਾ ਜੀ ਵੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਜਾਣਗੇ। ਮਾਨਸ਼ਾਹੀਆ ਦੇ ਨਾਲ ਉਹਨਾਂ ਦੀ ਕਾਫੀ ਨੇੜਤਾ ਵੀ ਹੈ। ਅਮਨ ਅਰੋੜਾ ਹੋਰੀ ਕਾਂਗਰਸ ਦੇ ਵਿੱਚ ਕਿਉਂ ਸ਼ਾਮਲ ਹੋਣਗੇ? ਕਿਉਂਕਿ ਕਾਂਗਰਸ ਪ੍ਰਪੱਕ ਤੌਰ ਦੇ ਉੱਤੇ ਇਹਨਾਂ ਹਲਕਿਆਂ ਤੋਂ ਜਿਮਨੀ ਚੋਣਾਂ ਕਰਾ ਕੇ ਇਹਨਾਂ ਲੋਕਾਂ ਨੂੰ ਵਧੀਆ ਢੰਗ ਦੇ ਨਾਲ ਨਵਾਜ਼ੇਗੀ, ਔਰ ਖਾਸ ਤੌਰ ਦੇ ਉੱਤੇ ਇਹਨਾਂ ਦੇ ਹਲਕਿਆਂ ਦੇ ਵਿਕਾਸ ਦੀ ਪ੍ਰਚੰਡਤਾ ਜਿਹੜੀ ਹੈ ਉਸ ਦੀ ਵੀ ਦੁਹਾਈ ਜਿਹੜੀ ਹੈ ਉਹ ਪਾਈ ਜਾ ਰਹੀ ਹੈ। ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਵਿੱਚ ਇਸ ਤਰ੍ਹਾਂ ਦਾ ਅਸਚਰਜ ਜਿਹੜਾ ਹੈ ਉਹ ਫੈਲਿਆ ਹੋਇਆ। ਕਈ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਆਈਆਂ ਕਈ ਰਾਜਨੀਤਿਕ ਆਗੂਆਂ ਵੱਲੋਂ, ਜਿਨ੍ਹਾਂ ਨੂੰ ਮੇਰਾ ਖਿਆਲ ਹੈ ਕਿ ਬਹੁਤ ਲੋਕ ਸਲਿਊਟ ਵੀ ਕਰਦੇ ਨੇ। ਉਹਨਾਂ ਨੇ ਜਿਹੜਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਹੈ PDA ਦੇ ਆਗੂਆਂ ਨੂੰ ਵੋਟ ਨਾ ਪਾਉਣ ਦੀ ਜਿਹੜੀ ਹੈ ਗੱਲ ਵੀ ਕਹੀ ਹੈ, ਔਰ ਨੋਟਾ ਦਬਾਉਣ ਦੀ ਗੱਲ ਕਹੀ ਹੈ। ਜਦੋਂ ਪੰਜਾਬੀਆਂ ਦੇ ਵਿੱਚ ਆਪਸੀ ਇੱਕਜੁੱਟਤਾ ਜਿਹੜੀ ਹੈ ਉਹ ਰਵਾਇਤੀ ਪਾਰਟੀਆਂ ਨੂੰ ਹਰਾਉਣ ਵਾਸਤੇ ਨਹੀਂ ਬਣ ਰਹੀ, ਤਾਂ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਪੰਜਾਬ ਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਤੇ ਹੀ ਉੱਤਰ ਕਾਟੋ ਮੈਂ ਚੜ੍ਹਨ ਵਾਲਾ ਤਮਾਸ਼ਾ ਕਰਨਗੀਆਂ। ਭਾਵੇਂ ਅੱਜ ਅਕਾਲੀ ਦਲ ਜਿਹੜਾ ਉਹ ਹੇਠਲੇ ਗ੍ਰਾਫ ਦੇ ਉੱਤੇ ਗਿਆ ਹੋਇਆ, ਭਾਜਪਾ ਦੇ ਪੰਜਾਬ ਦੇ ਵਿੱਚ ਪੈਰ ਨਹੀਂ ਲੱਗ ਸਕਣਗੇ। ਪਠਾਨਕੋਟ, ਗੁਰਦਾਸਪੁਰ ਇੱਕਾ ਦੁੱਕਾ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਮੁਹੱਬਤ ਅਤੇ ਗਲਵੱਕੜੀਆਂ ਅਕਾਲੀ ਦਲ ਦੇ ਨਾਲ ਜਾਰੀ ਰਹਿਣਗੀਆਂ। ਕਾਂਗਰਸ ਅਤੇ ਅਕਾਲੀ ਦਲ ਦੇ ਰਲੇ ਮਿਲੇ ਆਸਾਰ ਜਿਹੜੇ ਨੇ ਉਹ ਪੰਜਾਬ ਦੇ ਭਾਗਾਂ ਦੇ ਵਿੱਚ ਲਿਖੇ ਹੋਏ ਨੇ। ਪੰਜਾਬ ਦੀ ਤਕਦੀਰ ਨੂੰ ਤੀਜਾ ਬਦਲ ਮਿਲਣਾ ਜਿਹੜਾ ਉਹ ਅਸੰਭਵ ਹੈ। ਖਾਸ ਤੌਰ ਦੇ ਉੱਤੇ ਇੱਕ ਉਮੀਦ ਇੱਕ ਜਗਿਆ ਹੋਇਆ ਦੀਵਾ, ਚਾਹੇ ਉਹ ਵਿਰੋਧੀ ਧਿਰ ਦੇ ਵਿੱਚ ਸੀ, ਕਿਸ ਤਰ੍ਹਾਂ ਫੜਫੜਾਇਆ, ਕਿਸ ਤਰ੍ਹਾਂ ਬੁੱਝਦਾ ਗਿਆ, ਕਿਸ ਤਰ੍ਹਾਂ ਬਚਦਾ ਗਿਆ, ਅਤੇ ਅੱਜ ਮੇਰਾ ਖਿਆਲ ਹੈ ਕਿ ਉਸ ਦੀ ਜਗਦੀ ਬੱਤੀ ਜਿਹੜੀ ਹੈ ਉਹ ਖਤਮ ਹੋਣ ਦੇ ਕਿਨਾਰੇ ਦੇ ਉੱਤੇ ਹੈ। ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਵਾਸਤੇ ਆਮ ਲੋਕਾਂ ਦੇ ਮਨਾਂ ਦੇ ਵਿੱਚ ਜਿਹੜਾ ਹੈ ਉਹ ਅਕਸ ਹੈ, ਉਸ ਨੂੰ ਅਸੀਂ ਅੱਜ ਜਾਣਾਂਗੇ, ਡਿਸਕਸ ਕਰਾਂਗੇ, ਔਰ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਭਵਿੱਖ ਦੇ ਉੱਤੇ ਜ਼ਰੂਰ ਜਿਹੜੀ ਹੈ ਉਹ ਚਰਚਾ ਕਰਾਂਗੇ, ਔਰ ਜ਼ਰੂਰ ਜਾਣਾਂਗੇ ਅੰਮ੍ਰਿਤਸਰ ਤੋਂ ਜਿਹੜੀ ਆਮ ਆਦਮੀ ਪਾਰਟੀ ਦੇ
ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਪੁਰਾਣੇ ਰਾਜਨੀਤਿਕ ਖਿਲਾੜੀ ਰਹੇ ਨੇ ਖਾਸ ਤੌਰ ਦੇ ਉੱਤੇ ਕਾਂਗਰਸ ਦੇ ਵਿੱਚ ਵੀ ਬੀਬੀ ਰਜਿੰਦਰ ਕੌਰ ਭੱਠਲ ਖੇਮੇ ਦੇ ਵਿੱਚ ਬਹੁਤ ਨਾਮੀ ਰਹੇ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਾਬਕਾ ਮੈਂਬਰ ਵੀ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਦਾ ਇਸ ਵੇਲੇ ਕਦਵਾ ਰਿਹਾ ਅੰਮ੍ਰਿਤਸਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਕੋਸ਼ਿਸ਼ ਕਰਾਂਗੇ ਕੁਲਦੀਪ ਸਿੰਘ ਧਾਲੀਵਾਲ ਹੁਣਾਂ ਨੂੰ ਲਾਈਨ ਦੇ ਉੱਤੇ ਲੈਣ ਵਾਸਤੇ ਕਿ ਪਾਰਟੀ ਦੇ ਅੰਦਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਉਤਰਾਅ ਚੜ੍ਹਾਅ ਆਉਣਗੇ ਪਾਰਟੀ ਬਚੇਗੀ ਪਰ ਬਚੇਗੀ ਉਸ ਦਾ ਹਾਲ CPI ਜਾਂ CPM ਵਰਗਾ ਪੰਜਾਬ ਦੇ ਨਕਸ਼ੇ ਦੇ ਉੱਤੇ ਜ਼ਰੂਰ ਹੋਏਗਾ ਚਰਚਾ ਰਹੇਗੀ ਜਾਰੀ ਤੁਹਾਡੇ ਵਿਚਾਰ ਪ੍ਰੋਗਰਾਮ ਦੇ ਵਿੱਚ ਕਰਾਂਗੇ ਸ਼ਾਮਿਲ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ ਮੇਰੇ ਨਾਲ ਅੱਜ ਉਹ ਸ਼ਖਸੀਅਤ ਇਸ ਵੇਲੇ ਲਾਈਨ ਦੇ ਉੱਤੇ ਆ ਰਾਜਨੀਤੀ ਦੇ ਵਿੱਚ ਹਰ ਇੱਕ ਵਿਅਕਤੀ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵਿੱਚ ਹੋਣਾ ਇੱਕ ਵੱਖਰੀ ਗੱਲ ਹੈ ਪਰ ਮਸਲਾ ਇਸ ਗੱਲ ਦਾ ਕਿ ਲੋਕ ਘੋਲਾਂ ਵਾਸਤੇ ਜਾਂ ਲੋਕਾਂ ਵਾਸਤੇ ਬਾਰਡਰ ਏਰੀਏ ਦੇ ਉੱਤੇ ਰਹਿ ਕੇ ਵੱਡੇ ਪੱਧਰ ਦੇ ਉੱਤੇ ਕਿਸੇ ਸ਼ਖਸ ਵੱਲੋਂ ਕੰਮ ਕਰਨਾ ਉਹ ਆਪਣੇ ਆਪ ਦੇ ਵਿੱਚ ਇੱਕ ਮਾਅਨੇ ਰੱਖਦਾ ਚਾਹੇ ਉਹ ਕੰਮ ਜ਼ਮੀਨੀ ਪੱਧਰ ਦੇ ਉੱਤੇ ਆਮ ਲੋਕਾਂ ਦੀ ਜ਼ਿੰਦਗੀ ਦੇ ਦਸਤੂਰ ਨੂੰ ਬਦਲਣ ਦੀ ਗੱਲ ਹੋਵੇ ਚਾਹੇ ਉਹ ਪੰਜਾਬੀ ਲੋਕ ਵਿਰਾਸਤ ਦੀ ਹੋਵੇ ਚਾਹੇ ਮੈਂ ਸਮਝਾਂਗਾ ਕਿ ਪੂਰਾ ਪੰਜਾਬ ਮੇਰਾ ਖਿਆਲ ਹੈ ਕਿ ਸਾਹਿਤਕ ਹਲਕਿਆਂ ਦੇ ਵਿੱਚ ਬੈਠਾ ਅਤੇ ਜੇਕਰ ਹਾਸ਼ਮ ਦੀ ਮਜ਼ਾਰ ਲੱਭਣੀ ਹੋਵੇ ਤਾਂ ਉਹ ਸਿਰਫ ਅਤੇ ਸਿਰਫ ਜਗਦੇਵ ਕਲਾਂ ਦੇ ਵਿੱਚੋਂ ਬਾਰਡਰ ਦੇ ਐਨ ਨੁੱਕਰ ਤੋਂ ਲੱਭਦੀ ਹੈ ਜਗਦੇਵ ਕਲਾਂ ਦੇ ਵਿੱਚ ਚਾਹੇ ਪੰਜਾਬ ਦੀਆਂ ਤੱਤੀਆਂ ਹਵਾਵਾਂ ਦੇ ਵਿੱਚ ਆਪਣੇ ਪਰਿਵਾਰ ਦੇ ਜੀਆਂ ਦਾ ਇੱਕ ਬਹੁਤ ਵੱਡਾ ਜਿਹੜਾ ਸੀ ਉਹ ਕਾਫਲਾ ਉਹ ਮੇਰਾ ਖਿਆਲ ਹੈ ਕਿ ਉਸ ਤ੍ਰਾਸਦੀ ਦੇ ਵਿੱਚ ਵੀ ਗਵਾਇਆ ਰਾਜਨੀਤੀ ਦਾ ਪੱਲਾ ਨਹੀਂ ਛੱਡਿਆ ਔਰ ਮੈਂ ਜਿਵੇਂ ਦੱਸ ਚੁੱਕਾ ਪਹਿਲਾਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਵੀ ਰਹੇ ਪਰ ਉੱਥੇ ਵੀ ਦਾਮਨ ਪਾਕ ਰਿਹਾ ਨਹੀਂ ਤਾਂ ਇਹੋ ਜਿਹੇ ਅਹੁਦੇ ਦੇ ਉੱਤੇ ਰਹਿ ਕੇ ਬੰਦਾ ਕਹਿੰਦਾ ਕਿ 2 DSP ਭਰਤੀ ਕਰਕੇ ਆਪਣਾ ਘਰ ਪੂਰਾ ਕਰ ਲਵਾਂ ਪਰ ਨਹੀਂ ਭਰਿਆ ਪਰ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜਿੱਥੇ ਖਲਜਗਨ ਬਹੁਤ ਵੱਡਾ ਖਿਲ ਰਿਹਾ ਹੋਇਆ ਉੱਥੇ ਇਸ ਤਰ੍ਹਾਂ ਦੇ ਪਾਕ ਪਵਿੱਤਰ ਲੋਕ ਵੀ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਨੇ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੋਂ ਮੈਂਬਰ ਪਾਰਲੀਮੈਂਟ ਕੁਲਦੀਪ ਸਿੰਘ ਧਾਲੀਵਾਲ ਅੱਜ ਮੇਰੇ ਨਾਲ ਬਕਾਇਦਾ ਤੌਰ ਦੇ ਉੱਤੇ ਅੰਮ੍ਰਿਤਸਰ ਤੋਂ ਫੋਨ ਲਾਈਨ 'ਤੇ ਨੇ ਧਾਲੀਵਾਲ ਸਾਹਿਬ ਪ੍ਰਵਾਸ ਦੇ ਵਿੱਚ ਵਸਦੇ ਤੁਹਾਡੇ ਪ੍ਰੇਮੀਆਂ ਦੋਸਤਾਂ ਮਿੱਤਰਾਂ ਔਰ ਸਮੁੱਚੇ ਪੰਜਾਬੀਆਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ 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 ਧੰਨਵਾਦ ਸਭ ਨੂੰ ਸਤਿ ਸ਼੍ਰੀ ਅਕਾਲ ਰਾਜ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਅਮਰੀਕਾ ਕਨੇਡਾ ਚ ਬੈਠੇ ਹੋਰ ਨੇਪਾਲ ਦੇ ਮੁਲਕਾਂ ਚ ਬੈਠੇ ਇਹਨਾਂ ਦੇ ਭਰਾਵਾਂ ਦੇ ਨਾਲ ਉਹਨਾਂ ਦੇ ਨਾਲ ਅਮ ਸਾਹਮਣਾ ਜਿਹੜਾ ਉਹਨਾਂ ਦੇ ਨਾਲ ਕੁਛ ਗੱਲਾਂ ਆਪਾਂ ਕਰਾਂਗੇ ਪਰਮਾਤਮਾ ਤੁਹਾਨੂੰ ਜਿੱਤ ਨਸੀਬ ਕਰੇ ਔਰ ਇਸ ਕੁਰਸੀ ਦੇ ਉੱਤੇ ਸਾਂਝੀ ਦੇ ਉੱਤੇ ਬੈਠੇ ਆ ਕਿ ਤੁਸੀਂ ਸਾਡੇ ਦੋਸਤ ਹੋਣ ਦੇ ਨਾਤੇ ਵੀ ਕੋਈ ਹੋਰ ਵੀ ਤੁਹਾਡਾ ਵਿਰੋਧ ਵਾਲਾ ਵੀ ਆਵੇ ਅਸੀਂ ਉਹਨੂੰ ਵੀ ਕਹਿਣਾ ਕਿ ਤੁਹਾਡੀ ਜਿੱਤ ਹੀ ਹੋਵੇ ਜਿਵੇਂ ਡਾਕਟਰ ਕਹਿੰਦਾ ਕਿ ਤੂੰ ਤੰਦਰੁਸਤ ਹੋ ਕੇ ਜਾਵੇਂ ਸੋ ਕਿਸ ਤਰ੍ਹਾਂ ਦੇ ਹਾਲਾਤ ਸਮੁੱਚੇ ਪੰਜਾਬ ਦੇ ਨੇ ਕਿਉਂਕਿ ਤੁਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਪੱਧਰ ਦੇ ਆਗੂ ਹੋ ਪੂਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਖ ਇਸ ਵੇਲੇ ਕਿਸ ਤਰ੍ਹਾਂ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਸੀਟਾਂ ਤੇ ਇਲੈਕਸ਼ਨ ਲੜ ਰਹੀ ਹੈ ਜੀ ਔਰ ਬਹੁਤ ਵਧੀਆ ਦੇਖਣ ਨੂੰ ਬਾਹਰੀ ਤੌਰ ਤੇ ਇੱਕ ਸੱਚ ਆ ਕਿ ਕੁਝ ਚੀਜ਼ਾਂ ਹੋਈਆਂ ਜਿਹਦੇ ਨਾਲ ਲੋਕਾਂ ਨੂੰ ਲੱਗਾ ਕਿ ਸ਼ਾਇਦ ਪਾਰਟੀ ਕਮਜ਼ੋਰ ਹੋ ਗਈ ਆ ਜਾਂ ਪਾਰਟੀ ਨੂੰ ਕੋਈ ਧੱਕਾ ਲੱਗਾ ਬਟ ਹੁਣ ਅਸੀਂ ਵੀ ਦੇਖਿਆ ਪਿੰਡਾਂ ਦੇ ਵਿੱਚ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਥੱਲੇ ਜਾ ਕੇ ਜਦੋਂ ਮੀਟਿੰਗਾਂ ਕੀਤੀਆਂ ਤੇ ਅੱਜ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਅੱਜ ਵੀ ਪੰਜਾਬ ਦੇ ਵਿੱਚ ਪੂਰੀ ਸਿੱਧਤ ਦੇ ਨਾਲ
ਆਪਣੀ ਲੜਾਈ ਜਿਹੜੀ ਲਾ ਰਹੀ ਹੈ, ਸਿਆਸੀ ਜੰਗ ਜਿਹੜੀ ਲਾ ਰਹੀ ਹੈ, ਔਰ ਲਾਜ਼ਮੀ ਅਸੀਂ ਇਹ ਜੰਗ ਜਿਹੜੀ ਉਹ ਜਿੱਤਾਂਗੇ, ਕਾਮਯਾਬ ਹੋਵਾਂਗੇ, ਕਿਉਂਕਿ ਲੋਕ ਸਾਡੇ ਨਾਲ ਨੇ। ਜੀ ਮੈਂ ਇਹ ਜ਼ਰੂਰ ਅੱਜ ਲੋਕਾਂ ਦੇ ਅੰਦਰ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਸ਼ੰਕ ਹੈ ਕਿ ਕੀ ਕਾਰਨ ਨੇ ਕਿ ਸੁਨਾਮ ਦੇ ਵਿੱਚ ਅਮਨ ਅਰੋੜਾ ਜਿਹੜੇ ਹੈ ਉਹ ਭਗਵੰਤ ਮਾਨ ਦੀ ਸੀਟ ਨੂੰ ਪਹਿਲਾਂ ਸੇਫ ਮੰਨਿਆ ਜਾਂਦਾ ਸੀ, ਉਸ ਸੀਟ ਦੇ ਉੱਤੇ ਪ੍ਰਚਾਰ ਕਰਨ ਵਾਸਤੇ ਅਮਨ ਅਰੋੜਾ ਇੱਕਾ ਦੁੱਕਾ ਥਾਵਾਂ ਤੋਂ ਇਲਾਵਾ ਕਿਧਰੇ ਵੀ ਨਹੀਂ ਦੇਖੇ ਗਏ ਇੱਕ ਟੀਵੀ ਸਟੇਟਮੈਂਟ ਤੋਂ ਇਲਾਵਾ, ਔਰ ਵੱਡੇ ਪੱਧਰ ਦੇ ਉੱਤੇ ਉਹਨਾਂ ਦੇ ਹਲਕੇ ਦੇ ਵਿੱਚੋਂ ਉਹਨਾਂ ਦੇ ਸਹਿਯੋਗੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋਏ, ਪਰ ਉਹਨਾਂ ਦੀ ਖਾਮੋਸ਼ੀ ਬਰਕਰਾਰ ਰਹੀ, ਇਸ ਦੇ ਪਿੱਛੇ ਕੀ ਕਾਰਨ ਹੈ? ਆਮ ਆਦਮੀ ਪਾਰਟੀ ਦੇ ਲੱਗੇ ਆ, ਅਮਨ ਦੇ ਉੱਤੇ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਆ, ਉਹ ਪੂਰੇ ਪੰਜਾਬ ਦੀ ਚੋਣ ਮੈਂਬਰੀ ਕਮਾਂਡ ਜਿਹੜੀ ਆ ਉਹ ਸੰਭਾਲ ਰਿਹਾ। ਆਪ ਭਗਵੰਤ ਮਾਨ ਜੀ ਨੇ ਆਪ ਉਹਨਾਂ ਨੂੰ ਕਿਹਾ ਕਿ ਤੁਸੀਂ ਪੂਰੇ ਪੰਜਾਬ ਦੇ ਵਿੱਚ ਆਪਣਾ ਕੰਮ ਜਿਹੜਾ ਦੱਬ ਕੇ ਰੱਖੋ, ਸੁਨਾਮ ਦੇ ਸਾਰੇ ਲੋਕ, ਕਿਉਂਕਿ ਭਗਵੰਤ ਮਾਨ ਦਾ ਹਲਕਾ ਭਗਵੰਤ ਮਾਨ ਦਾ ਨਾਲ ਹੀ ਸੁਨਾਮ ਦੇ ਪਿੰਡ ਹੈ, ਭਗਵੰਤ ਮਾਨ ਉੱਥੇ ਹੀ ਜੰਮਿਆ ਪਲਿਆ, ਉੱਥੇ ਹੀ ਪੜਿਆ, ਉੱਥੇ ਹੀ ਜਵਾਨ ਹੋਇਆ, ਉਹ ਸਿੱਧੇ ਵੀ ਲੋਕ ਸਾਰੇ ਐਮ ਪੀ ਦੀ ਇਲੈਕਸ਼ਨ ਹੈ, ਸਿੱਧੇ ਵੀ ਸਭ ਲੋਕ ਜਿਹੜੇ ਆ ਉਹ ਭਗਵੰਤ ਮਾਨ ਉਹਨਾਂ ਦੇ ਨਾਲ ਹੈ। ਏਦਾਂ ਦੀ ਕੋਈ ਗੱਲ ਨੀ, ਅਮਨ ਪਾਰਟੀ ਦੇ ਨਾਲ ਸੀਗਾ, ਨਾਲ ਰਹੂਗਾ, ਪਾਰਟੀ ਲਈ ਰਾਤ ਦਿਨ ਕੰਮ ਕਰ ਰਿਹਾ, ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਕਰ ਰਹੇ, ਇਸ ਕਰਕੇ ਅੱਜ ਇਲੈਕਸ਼ਨ ਹੈ, ਇਲੈਕਸ਼ਨ ਵਿੱਚ ਅਫਵਾਹਾਂ ਦਾ ਬਾਜ਼ਾਰ ਜਿਹੜਾ ਬਹੁਤ ਗਰਮ ਹੁੰਦਾ, ਪਰ ਸੱਚਾਈ ਕਿਹੜੇ ਹੋਊਗਾ ਜੀ। ਅੱਜ ਇੱਕ ਹੋਰ ਵੀ ਗੱਲ ਵੱਡੇ ਪੱਧਰ ਦੇ ਉੱਤੇ ਦੇਖਣ ਨੂੰ ਮਿਲੀ ਹੈ ਕਿ ਪਾਰਟੀ ਜਿਹੜੀ ਹੈ ਉਹ ਸਿਰਫ 10 ਵਿਧਾਇਕਾਂ ਦੀ ਇਕਜੁੱਟਤਾ ਜਿਹੜੀ ਹੈ ਉਸ ਨੂੰ ਦਿਖਾ ਸਕੀ ਹੈ ਕਿ 10 ਵਿਧਾਇਕ ਜਿਹੜੇ ਨੇ ਉਹ ਪੂਰਨ ਰੂਪ ਦੇ ਵਿੱਚ ਇਕਜੁੱਟ ਨੇ। ਅਕਾਲੀ ਦਲ ਕੋਲ 15 ਵਿਧਾਇਕ ਨੇ, 4 ਨੇ ਅਸਤੀਫੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਦੇ ਦਿੱਤੇ ਨੇ, ਔਰ ਕਈ ਕੁਛ ਭੱਜ ਤੋੜ ਟੁੱਟ ਭੱਜ ਜਿਹੜੀ ਹੈ ਉਹ ਹੋਈ ਹੈ। ਤੁਹਾਨੂੰ ਲੱਗਦਾ ਕਿ ਵਿਰੋਧੀ ਧਿਰ ਵਾਲਾ ਰੁਤਬਾ ਜਿਹੜਾ ਉਹ ਆਮ ਬਚਾ ਸਕੇਗੀ ਇਹਨਾਂ ਲੋਕ ਸਭਾ ਚੋਣਾਂ ਤੋਂ ਬਾਅਦ? ਨਹੀਂ ਜੀ, ਬਾਜੂਗਾ ਬਾਜੂ, ਕੋਈ ਏਦਾਂ ਦੀ ਗੱਲ ਨੀ, ਜੇ ਠੀਕ ਹੈ ਤੁਹਾਡੀ, ਕਿਉਂਕਿ ਉੱਥੇ ਤੇ ਗਿਣਤੀ ਮਿਣਤੀ ਹੁੰਦੀ ਆ, ਉੱਥੇ ਵਿਧਾਨ ਸਭਾ ਚ ਜਿਹੜੇ ਜ਼ਿਆਦੇ ਹੋਏ ਉਹਨੇ ਹੀ ਮਤਲਬ ਬਣਨਾ ਹੁੰਦਾ, ਇਸ ਕਰਕੇ ਕੋਈ ਏਦਾਂ ਦਾ ਚੱਕਰ ਨੀਗਾ। ਜਿੰਨੇ ਵੀ ਐਮ ਐਲ ਏ ਅਗਲੇ 16-17 ਹੈਗੇ ਆ, ਠੀਕ ਹੈ, ਸਾਡੇ ਨਾਲ ਜਿਹੜੇ ਬਿਰਮਲ ਸਿੰਘ ਹੋਣੀ, ਕਮਾਲੂ ਜੀ, 2-3 ਐਮ ਐਲ ਏ ਜਿਹੜੇ ਸਾਹਿਬ ਜੱਗੇ ਹੋਣੀ, ਇਹ ਮਤਲਬ ਨਾਰਾਜ਼ ਨੇ, ਪਰ ਉਹ ਐਲ ਓ ਪੀ ਦੇ ਮਾਮਲੇ ਦੇ ਉੱਤੇ ਪਾਰਟੀ ਛੱਡਣ ਬਾਰੇ ਬੜਾ ਸਪੱਸ਼ਟ ਕਹਿ ਚੁੱਕੇ ਕਮਲ ਸੰਧੂ ਹੋਣੀ ਕਿ ਉਹਨਾਂ ਨੇ ਨਾ ਪਾਰਟੀ ਛੱਡੀ ਆ, ਉਹ ਪਾਰਟੀ ਦੇ ਨਾਲ ਨੇ, ਪਾਰਟੀ ਦੇ ਮਤਭੇਦ ਹੈ, ਇਸ ਕਰਕੇ ਐਲ ਓ ਪੀ ਦੇ ਬੁਲਾਉਂਦੇ ਨੂੰ ਕੋਈ ਖਤਰਾ ਨਹੀਂ। ਤੁਹਾਡੇ ਖਿਆਲ ਨਾਲ ਜੇਕਰ 20 ਦੇ ਵਿੱਚੋਂ 4 ਜਿਹੜੇ ਨੇ ਉਹ ਰਿਜ਼ਾਈਨ ਕਰ ਗਏ ਨੇ, ਇੱਕ ਕਿਸਮ ਦਾ ਉਹਨਾਂ ਦੇ ਰਿਜ਼ਾਈਨ ਕੰਪਲੀਟ ਹੋ ਜਾਂਦੇ ਨੇ, ਅਤੇ ਆਮ ਆਦਮੀ ਪਾਰਟੀ ਕੋਲ 16 ਰਹਿ ਜਾਂਦੇ ਨੇ, ਅਤੇ ਅਕਾਲੀ ਦਲ ਕੋਲ 15, ਬੀਜੇਪੀ ਨੂੰ ਰਲਾ ਕੇ ਫਿਰ ਉਹ ਥੋੜ੍ਹਾ ਅੱਗੇ ਵਧਣ ਦੀ ਗੱਲ ਨਹੀਂ ਕਰਨਗੇ, ਉਹ ਕਲੇਮ ਨਹੀਂ ਕਰਨਗੇ ਵਿਰੋਧੀ ਧਿਰ ਦੇ ਉੱਤੇ? ਨਹੀਂ, ਉਹ ਜਿਹੜੀ ਜਿਹੜੀ ਉਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਨਾ, ਕਲੇਮ ਕਰਨ ਦੀ, ਸਿੰਗਲ ਪਾਰਟੀ ਲਾਸਟ ਪਾਰਟੀ ਦਾ ਉੱਥੇ ਸਵਾਲ ਹੁੰਦਾ, ਉੱਥੇ ਗੱਠਜੋੜ ਦਾ ਸਵਾਲ ਨਹੀਂ ਹੁੰਦਾ। ਸਿੰਗਲ ਪਾਰਟੀ ਅੱਜ ਵੀ ਅਸੀਂ ਸਭ ਤੋਂ ਵੱਡੇ ਹਾਂ ਵਿਰੋਧੀ ਧਿਰ ਦੇ ਵਿੱਚ, ਅਕਾਲੀ ਦਲ ਪਿੱਛੇ ਆ, ਏਦਾਂ ਦੀ ਕੋਈ ਗੱਲ ਨੀ। ਬਾਕੀ ਜਦੋਂ ਉਹਨਾਂ ਦੇ ਅਸਤੀਫੇ ਜਦੋਂ ਮਨਜ਼ੂਰ ਹੋਣਗੇ, ਉਦੋਂ ਕੀ ਸਥਿਤੀ ਬਣਦੀ ਹੈ, ਉਦੋਂ ਪਾਰਟੀ ਡਿਸਕਸ ਕਰੂਗੀ, ਉਦੋਂ ਅਸੀਂ ਤੈਅ ਕਰਾਂਗੇ ਕਿ ਅਸੀਂ ਕੀ ਕਰਦਾ, ਪਰ ਹਾਲ ਦੀ ਕਰੀ ਕੋਈ ਏਦਾਂ ਦਾ ਮਸਲਾ ਨਹੀਂ। ਜੀ 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 ਮੈਂ ਧਾਲੀਵਾਲ ਸਾਹਿਬ ਤੁਹਾਡੇ ਕੋਲੋਂ ਇਹ ਜ਼ਰੂਰ ਪੁੱਛਣਾ ਜ਼ਰੂਰ ਚਾਹਾਂਗਾ ਕਿ ਖਾਸ ਤੌਰ ਦੇ ਉੱਤੇ ਬਾਕੀ ਵਿਧਾਇਕਾਂ ਨੂੰ, ਚਾਹੇ ਉਹ ਮਾਨ ਸ਼ਾਹੀਆ ਜੀ ਹੋਣ ਜਾਂ ਕਨਵਰ ਸੰਧੂ ਹੋਣ ਜਾਂ ਕੋਈ ਹੋਰ ਹੋਵੇ,
ਉਹਨਾਂ ਦੇ ਨਾਲੋਂ ਵੱਡੇ ਪੱਧਰ ਦੇ ਉੱਤੇ ਪਾਰਟੀ ਦੀ ਹੇਠਲੀ ਅਤੇ ਵੱਡੀ ਲੀਡਰਸ਼ਿਪ ਵੱਲੋਂ ਵੀ ਖਹਿਰਾ ਵੱਧ ਟਾਰਗੇਟ ਹੋਇਆ? ਜੇਕਰ ਇਸ ਨੂੰ ਕਿਸੇ ਸੌਫਟ ਕਾਰਨਰ ਦੇ ਉੱਤੇ ਰੱਖਿਆ ਜਾਂਦਾ ਤਾਂ ਕੀ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਦੇ ਵਿੱਚੋਂ ਬਚਿਆ ਜਾ ਸਕਦਾ ਸੀ? ਦੇਖੋ, ਪਤਾ ਗੱਲ ਕੀ ਹੈ ਸਰ, ਜਦੋਂ ਆਪਾਂ ਸਿਆਸਤ ਕਰਦੇ ਹਾਂ ਸਾਰੇ ਲੋਕ, ਤੁਸੀਂ ਬਹੁਤ ਛੋਟੇ ਹੋ ਜਦੋਂ ਦੇ ਤੁਸੀਂ ਚੀਜ਼ਾਂ ਕਰਦੇ ਹੋ, ਹੁਣ ਤੁਸੀਂ ਟੀਵੀ ਹੋਸਟ ਕਰਦੇ ਹੋ, ਤੁਹਾਡਾ ਬੜਾ ਤਜਰਬਾ ਹੋ ਗਿਆ ਜੀ। ਗੱਲ ਇਹ ਆ ਕਿ ਇਹ ਜਿਹੜੀ ਸਿਆਸਤ ਆ, ਜਦੋਂ ਸਿਆਸਤ ਅੰਦਰ ਮਤਭੇਦ ਆ ਜਾਂਦੇ ਆ, ਰੌਲਾ ਪੈ ਜਾਂਦਾ, ਕਈ ਵਾਰ ਚੀਜ਼ਾਂ ਬੇਵੱਸ ਹੋ ਜਾਂਦੀਆਂ, ਕੰਟਰੋਲ ਨਹੀਂ ਹੁੰਦੀਆਂ, ਉਹ ਸਾਡੇ ਹੱਥ 'ਚ ਨਹੀਂ ਰਹਿੰਦੀਆਂ, ਏਦਾਂ ਹੀ ਪੰਜਾਬ 'ਚ ਹੋਇਆ। ਸੋ ਮੈਨੂੰ ਤਾਂ ਲੱਗਦਾ ਕਿ ਤੁਸੀਂ 19 ਮਈ ਤੋਂ ਬਾਅਦ ਪੰਜਾਬ 'ਚ ਆਮ ਆਦਮੀ ਪਾਰਟੀ ਨੂੰ ਇੱਕ ਨਵੇਂ ਰੂਪ 'ਚ ਦੇਖੋਗੇ। ਨਵੇਂ ਰੂਪ ਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਕਿ ਜੋ ਗੱਲਾਂ ਅਖਬਾਰਾਂ 'ਚ ਆਉਂਦੀਆਂ ਸੀ, ਜੋ ਗੱਲਾਂ ਪਾਰਟੀ ਬਾਰੇ ਅਫਵਾਹ ਫੈਲਾਈਆਂ ਗਈਆਂ, ਐਨ ਉਲਟ ਉਹਦੇ ਪੋਜੀਸ਼ਨ ਕੀ ਹੈ। ਸੋ 19 ਮਈ ਤੋਂ ਬਾਅਦ ਜਦੋਂ 23 ਮਈ ਤੋਂ ਬਾਅਦ ਰਿਜ਼ਲਟ ਆਊਗਾ, ਉਦੋਂ ਤੁਹਾਨੂੰ ਅਸਲ ਵਿੱਚ ਪਤਾ ਲੱਗੂਗਾ ਕਿ ਪਾਰਟੀ ਦੀ ਕੀ ਦੇਖਿਆ, ਪਾਰਟੀ ਦੀ ਕੀ ਰੂਪ ਰੇਖਾ, ਲੋਕ ਕਿੱਦਾਂ ਪਾਰਟੀ ਦੇ ਨਾਲ ਖੜੇ ਆ। ਸੋ ਮੈਨੂੰ ਲੱਗਦਾ ਕਿ 23 ਮਈ ਤੋਂ ਬਾਅਦ ਪਾਰਟੀ ਦੇ ਕਾਫੀ ਮਸਲੇ ਜਿਹੜੇ ਹੱਲ ਹੋ ਜਾਣਗੇ। ਕੋਈ ਇੱਦਾਂ ਦਾ ਬਹੁਤ ਵੱਡੀ ਗੱਲ ਨੀ ਕਿ ਉਹ ਜਿਹੜੀ ਅਫਵਾਹਾਂ ਫੈਲਾਈ ਜਾਂਦੀਆਂ, ਅਕਾਲੀ ਕਾਂਗਰਸ ਕਹਿੰਦੇ ਖਤਮ ਹੋ ਗਏ ਜੀ, ਆਹ ਹੋ ਗਿਆ ਜੀ, ਜੇ ਹੋ ਗਿਆ, ਏਦਾਂ ਦੀ ਕੋਈ ਗੱਲ ਨੀ ਜੀ। ਮੈਂ ਆਖਰੀ ਸਵਾਲ ਤੁਹਾਡੇ ਕੋਲੋਂ ਪੁੱਛਾਂਗਾ ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਦੀ, ਖਾਸ ਤੌਰ ਦੇ ਉੱਤੇ ਇਹ ਬਾਰਡਰ ਏਰੀਏ ਦਾ ਹਲਕਾ ਹੈ। ਬਾਰਡਰ ਏਰੀਏ 'ਚ ਤੁਸੀਂ ਰਾਜਨੀਤੀ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ ਕੰਮ ਕੀਤਾ, ਔਰ ਮੈਨੂੰ ਜਿੱਥੇ ਤੱਕ ਇਹ ਗੱਲ ਕਹਿਣ ਦੇ ਵਿੱਚ ਕੋਈ ਝਿਜਕ ਨਹੀਂ ਆਏਗੀ ਕਿ ਲੋਕਾਂ ਦੇ ਜਿਹੜੇ ਲੀਡਰ ਹੁੰਦੇ ਨੇ, ਜਿਹੜੇ ਲੋਕਾਂ ਵਾਸਤੇ ਕੰਮ ਕਰਦੇ ਨੇ, ਲੋਕਾਂ ਵਿੱਚ ਵਿਚਰਦੇ ਨੇ, ਉੱਥੇ ਜੇਕਰ ਕੋਈ ਇਨਸਾਫ ਦੀ ਗੱਲ ਹੋ ਰਹੀ ਹੈ ਤਾਂ ਅੰਮ੍ਰਿਤਸਰ ਹਲਕੇ ਦੇ ਵਿੱਚ ਦੋਏ ਗੁਰਜੀਤ ਸਿੰਘ ਔਜਲਾ ਅਤੇ ਕੁਲਦੀਪ ਸਿੰਘ ਢਾਲੀਵਾਲ ਦੋ ਇੱਕ ਲੋਕ ਲੀਡਰ ਹੈ। ਪੁਰੀ ਸਾਹਿਬ ਫਿਰ ਬਾਹਰੋਂ ਛਤਰੀ ਦੇ ਰਾਹੀਂ ਉੱਥੇ ਉਤਾਰ ਦਿੱਤੇ ਗਏ ਨੇ, ਉਹਨਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਖੜਕਦਾ। ਇਹ ਅੰਮ੍ਰਿਤਸਰ ਦਾ ਮੁਕਾਬਲਾ ਕਿੱਧਰ ਨੂੰ ਜਾਣ ਦੀ ਆਸਾਰ ਨੇ ਜੀ? ਮੁਕਾਬਲਾ ਤਾਂ ਦੇਖੋ ਸਾਡੇ ਤੇ ਕਾਂਗਰਸ ਦੇ ਵਿੱਚ ਹੀ ਆ ਜੀ। ਇੱਕ ਗੱਲ ਤੇ ਚਲੋ ਠੀਕ ਆ, ਗੁਰਜੀਤ ਵੀ ਆਪਣਾ ਵੀਰ ਆ, ਚੰਗਾ ਆ, ਵਧੀਆ ਆ ਜੀ। ਬਸ ਲੜਾਈ ਲੜਾਈ ਅਜਾਦ ਸਾਹਿਬ ਗੁਰਜੀਤ ਦੀ ਤੇ ਕੁਲਦੀਪ ਦੀ ਨੀਗੀ ਜੀ, ਲੜਾਈ ਲੋਕਾਂ ਦੇ ਮੁੱਦਿਆਂ ਦੀ ਆ। ਬਿਲਕੁਲ, ਲੜਾਈ ਮੁੱਦਿਆਂ ਤੇ ਹੋਣੀ ਆ, ਲੋਕਾਂ ਦੇ ਮਸਲਿਆਂ ਤੇ ਹੋਣੀ ਆ। 48 ਸਾਲ ਲਗਾਤਾਰ ਅਜਾਦ ਸਾਹਿਬ ਕਾਂਗਰਸ ਜਿੱਤੀ ਆ, 1952 ਤੋਂ ਲੈ ਕੇ ਹੁਣ ਤੱਕ ਅੰਮ੍ਰਿਤਸਰ ਤੋਂ। 19 ਸਾਲ ਬੀਜੇਪੀ ਵਾਲੇ ਜਿੱਤੇ ਅੰਮ੍ਰਿਤਸਰ ਤੋਂ, ਐਮ ਪੀ ਇਹਨਾਂ ਦੇ ਬਣਦੇ ਰਹੇ ਆ। ਔਰ ਜੇ ਤੁਸੀਂ ਕਿਤੇ ਅੰਮ੍ਰਿਤਸਰ ਆਓ, ਪਰਮਾਤਮਾ ਕਹਿੰਦੇ ਤੁਹਾਨੂੰ ਇੱਥੇ ਕਿਤੇ ਟਾਈਮ ਲੱਗੇ, ਆਓ ਤੁਸੀਂ ਤੇ ਤੁਹਾਨੂੰ ਇਹ ਦਿਖਾਈਏ ਕਿ 60% ਸ਼ਹਿਰ ਦੇ ਹਿੱਸੇ ਦੇ ਵਿੱਚ ਨਾ ਪੀਣ ਵਾਲਾ ਚੰਗਾ ਪਾਣੀ, ਨਾ ਸੀਵਰੇਜ ਸਿਸਟਮ, ਨਾ ਲਾਈਟਾਂ, ਇੰਨਾ ਬੁਰਾ ਹੋਇਆ ਗੁਰੂ ਨਗਰੀ ਦਾ ਕਿ ਤੁਸੀਂ ਵੇਖ ਕੇ ਹੈਰਾਨ ਹੋ ਜਾਓਗੇ ਕਿ ਗੁਰੂ ਨਗਰੀ, ਗੁਰੂ ਰਾਮਦਾਸ ਦੀ ਨਗਰੀ ਜਿੱਥੇ 1 ਲੱਖ ਬੰਦਾ ਰੋਜ਼ ਮੱਥਾ ਟੇਕਣਗਾ, ਉਹ ਸ਼ਹਿਰ ਦੀ ਯਾਰ ਇੰਨੀ ਮੰਦੀ ਹਾਲਤ ਆ, ਡੰਪ ਕੂੜੇ ਦੇ ਏਡੇ ਵੱਡੇ ਲੱਗੇ ਆ, ਇੰਨਾ ਢੇਰ ਲੱਗਾ, ਸਫਾਈ ਦੀ ਇੰਨੀ ਬੁਰੀ ਹਾਲਤ ਆ। ਇੱਕ ਡੰਪ ਦਾ ਮਸਲਾ ਪਿਛਲੇ 25-30 ਸਾਲਾਂ ਤੋਂ ਨਾ ਕਾਂਗਰਸੀਆਂ ਕੋਲੋਂ, ਨਾ ਸਿੱਧੂ ਕੋਲੋਂ, ਨਾ ਅਕਾਲੀਆਂ ਕੋਲ, ਉਹ ਹੱਲ ਨੀ ਹੋਇਆ। ਸੋ ਲੜਾਈ ਜਿਹੜੀ ਆ ਸਾਡੀ, ਉਹ ਮੁੱਦਿਆਂ ਦੀ ਤੇ ਲੜਾਈ ਆਪ ਦੀ ਤੇ ਕਾਂਗਰਸ ਦੀ ਆ, ਕੁਲਦੀਪ ਜੀ ਤੇ ਗੁਰਜੀਤ ਦੀ ਨਹੀਂ, ਲੜਾਈ ਆਪ ਦੀ ਤੇ ਕਾਂਗਰਸ ਦੀ ਆ, ਤੇ ਅਸੀਂ ਮੁੱਦਿਆਂ ਤੇ ਲੜਾਈ ਲੈਣੀ। ਇਹ ਸਾਡੀ ਗੱਲ ਸੱਚੀ ਆ ਕਿ ਪੁਰੀ ਸਾਹਿਬ ਨੂੰ ਉਹਨਾਂ ਨੇ ਪੈਰਾ ਸ਼ੂਟਿੰਗ ਕਰਤਾ, ਗੁਰਜੀਤ ਵੀ ਥੱਲੇ ਕੰਮ ਕਰਦਾ, ਮੈਂ ਵੀ ਕੰਮ ਕਰਦਾ, ਅਸੀਂ ਬਹੁਤ ਇੱਕ ਦੂਜੇ ਨੂੰ ਜਾਣਦੇ ਹਾਂ, ਇੱਕ ਦੂਜੇ ਦੇ ਨੇੜੇ ਆ, ਆਖਰੀ ਗੱਲ ਹੀ ਪਤਾ ਹੀ ਮੁੱਦਿਆਂ ਦੀ ਲੜਾਈ ਲੈ ਦੇ ਜੀ। ਮੈਂ ਤੁਹਾਡੇ ਕੋਲ ਅਖੀਰ ਦੇ ਵਿੱਚ ਜੀ ਸਮਾਂ ਸਮਾਂ ਮੈਨੂੰ ਇਜਾਜ਼ਤ ਨਹੀਂ ਦਿੰਦਾ, ਤੁਸੀਂ ਪ੍ਰਵਾਸੀ ਭਰਾਵਾਂ ਨੂੰ ਜਿਹੜਾ ਨਾਲ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਜੁੜੇ ਹੋਏ ਹੋ, ਕੀ ਅਖੀਰ ਦੇ ਵਿੱਚ ਬੇਨਤੀ ਕਰੋਗੇ? ਮੈਂ ਬੇਨਤੀ ਇਹ ਕਰੂੰਗਾ ਕਿ ਪ੍ਰਵਾਸੀ ਜਿੰਨਾ ਪਿਆਰ ਕਰਦੇ ਆ ਪੰਜਾਬ ਨੂੰ,
ਮੈਂ ਵੀ ਰਾਜ ਸਾਹਿਬ ਸਿਟੀਜ਼ਨ ਮੇਰੀ ਸੀਗੀ, ਮੇਰੀ ਫੈਮਿਲੀ ਕੈਲੀਫੋਰਨੀਆ, ਮੈਂ ਸਿਟੀਜ਼ਨਸ਼ਿਪ ਛੱਡ ਕੇ ਪੰਜਾਬ ਦੇ ਵਿੱਚ ਗਿਆ, ਆਮ ਆਦਮੀ ਪਾਰਟੀ ਨਾਲ 4 ਸਾਲ ਤੋਂ ਲਗਾਤਾਰ ਕੰਮ ਕਰ ਰਿਹਾ। ਮੈਂ ਮਤਲਬ ਪ੍ਰਵਾਸੀਆਂ ਨੂੰ ਇਹ ਗੱਲ ਕਹੂੰਗਾ ਕਿ ਉਹ ਤਗੜੇ ਹੋ ਕੇ ਪੰਜਾਬ ਦੇ ਨਾਲ ਰਹਿਣ। ਪੰਜਾਬ ਅਸੀਂ ਮਰ ਨਹੀਂ ਦਿੰਦੇ, ਅਸੀਂ ਛੱਡ ਕੇ ਆਏ ਹਾਂ, ਅਸੀਂ ਪ੍ਰਵਾਸੀਆਂ ਦਾ ਨਾਂ ਨੀਵਾਂ ਨਹੀਂ ਹੋਣ ਦਿਆਂਗੇ। ਅਸੀਂ ਖੁਦ NRI ਸਾਡਾ ਪਰਿਵਾਰ ਸਾਡਾ ਇੱਥੇ ਆ। NRI ਦੀ ਤਰਫੋਂ ਮੈਂ ਲਾ ਰਿਹਾ, ਜਿਹੜੇ ਲੋਕ ਇਹ ਕਹਿੰਦੇ ਸੀਗੇ ਕਿ NRI ਗੱਲਾਂ ਕਰਦੇ ਵੀ ਆਪ ਇੱਥੇ ਆਉਂਦੇ ਸੀ, ਮੈਂ ਇੱਕ ਮਿਸਾਲ ਕਾਇਮ ਕੀਤੀ ਆ ਆਪਣਾ ਸਾਰਾ ਕੁਛ ਛੱਡ ਕੇ, ਸ਼ਾਇਦ ਉਹ ਮੈਨੂੰ ਅਮਰੀਕਾ ਦਾ ਵੀਜ਼ਾ ਉਹਨਾਂ ਨੂੰ ਦੁਬਾਰਾ ਇੱਥੇ ਆਉਂਦਾ, ਸਾਰਾ ਕੁਛ ਛੱਡ ਕੇ ਪੰਜਾਬ ਦੀ ਲੜਾਈ ਲੜੇ। ਸੋ ਸਾਰੇ NRI ਵੀਰਾਂ ਨੂੰ ਬੇਨਤੀ ਆ ਕਿ ਉਹ ਤਕੜੇ ਹੋ ਕੇ ਪੰਜਾਬ ਦੇ ਬਾਰੇ ਸੋਚਣ, ਪੰਜਾਬ ਲਈ ਸੋਚਣ, ਪੰਜਾਬ ਲਈ ਜੋ ਕਰ ਸਕਦੇ ਉਹਨਾਂ ਨੂੰ ਕਰਨਾ ਚਾਹੀਦਾ। ਜਿਹੜੀ ਚੰਗੀ ਢੇਰ ਆ, ਅਸੀਂ ਚੰਗੇ ਲੋਕ ਆ, ਚੰਗਾ ਕੰਮ ਕਰ ਰਹੇ ਹਾਂ, ਪੰਜਾਬ ਦੇ ਲਾ ਰਹੇ ਹਾਂ, ਇਹਨਾਂ ਦੇ ਵੀਰਾਂ ਨੂੰ ਸਾਡੀ ਮਦਦ ਜਿਹੜੀ ਉਹ ਕਰਨੀ ਚਾਹੀਦੀ ਆ। ਮਿਹਰਬਾਨੀ ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਧੰਨਵਾਦ। ਦੋਸਤੋ, ਆਮ ਆਦਮੀ ਪਾਰਟੀ ਦੀਆਂ ਮੌਜੂਦਾ ਪਰਿਸਥਿਤੀਆਂ ਜਿੱਥੇ ਕਿ ਮੈਂ ਸਮਝਾਂਗਾ ਕਿ ਲੋ ਵਿਰੋਧੀ ਧਿਰ ਦਾ ਰੁਤਬਾ ਖਿਸਕਦਾ ਜਾਂਦਾ, ਪਰ ਵਿਸ਼ਵਾਸ ਹੈ ਕੁਲਦੀਪ ਧਾਲੀਵਾਲ ਹੋਰਾਂ ਨੂੰ ਕਿ ਨਹੀਂ ਖਿਸਕੇਗਾ। ਔਰ ਉੱਥੇ ਸੁਨਾਮ ਤੋਂ ਵੀ ਜਿਹੜੀਆਂ ਹਵਾਵਾਂ ਆ ਰਹੀਆਂ ਨੇ ਅਮਨ ਅਰੋੜਾ ਹੋਰਾਂ ਦੇ ਬਾਰੇ ਦੇ ਵਿੱਚ, ਮੈਂ ਸਮਝਾਂਗਾ ਕਿ ਅਖਬਾਰੀ ਰਿਪੋਰਟਾਂ, ਉਹਨਾਂ ਦਾ ਆਪਸ ਉਸ ਤੋਂ ਬਾਅਦ ਪ੍ਰਤੀਕਰਮ, ਕੁਝ ਵੀ ਨਹੀਂ ਪਤਾ ਲੱਗ ਰਿਹਾ ਕਿ ਕੀ ਹੋ ਸਕਦਾ। ਆਮ ਆਦਮੀ ਪਾਰਟੀ ਦੇ ਬਕਾਇਦਾ ਤੌਰ ਦੇ ਉੱਤੇ ਫਾਊਂਡੇਸ਼ਨ ਅਤੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਵਜੂਦ, ਅਤੇ ਆਉਣ ਵਾਲੇ ਭਵਿੱਖ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹੋਂਦ ਬਚਾਉਣ ਵਾਸਤੇ ਕੀ ਕਰਨਾ ਪਏਗਾ, ਕੀ ਸਮਝਦੇ ਹੋ? ਕਾਲ ਕਰ ਸਕਦੇ ਹੋ 7187865222, 7182 ਦੇ ਉੱਤੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਕਰੀਏ ਤੁਹਾਡੇ ਨਾਲ ਵਿਚਾਰਾਂ, ਕਾਲ ਕਰ ਸਕਦੇ ਹੋ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ 7187865222। ਆਪ ਦਾ ਭਵਿੱਖ ਕੀ ਹੋਏਗਾ? ਹੈਲੋ, ਹਾਂਜੀ ਰਿਆੜ ਸਾਹਿਬ, ਤੁਹਾਨੂੰ ਤੇ ਜਸ ਟੀਵੀ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ ਜੀ। ਪ੍ਰਗਟ ਸਿੰਘ ਬਾਲਰ ਜੀ ਕਰ ਰਿਹਾ ਜੀ। ਹਾਂਜੀ ਬਲ ਸਾਹਿਬ, ਪਹਿਲਾਂ ਤੇ ਧਾਲੀਵਾਲ ਸਾਹਿਬ ਮੇਰੇ ਭਰਾ ਨੇ, ਮੇਰੇ ਇਲਾਕੇ ਦੇ ਨੇ ਜੀ, ਉਹਨਾਂ ਨੂੰ ਤੁਹਾਡੇ ਵਾਂਗੂ ਮੇਰੀਆਂ ਵੀ ਦੁਆਵਾਂ ਪਏ ਉਹ ਕਾਮਯਾਬ ਹੋਣ। ਪਰ ਅੱਜ ਹੀ ਇੱਕ ਤੁਹਾਡੇ ਵਰਗਾ ਬੜਾ ਸੁਘੜ ਸਿਆਣਾ ਤੁਹਾਡੇ ਵੀ ਕਰ ਰਿਹਾ, ਉਹ ਬੜੇ ਪਿਆਰੇ ਮੇਰੀ ਗੱਲਬਾਤ ਹੋਈ ਤੇ ਉਹਨਾਂ ਪਹਿਲਾਂ ਹੀ ਇੱਥੋਂ ਸ਼ੁਰੂ ਕੀਤਾ ਵੀ ਤੁਹਾਡੇ ਇਲਾਕੇ ਦਾ ਕੀ ਬਣੂ। ਧਾਲੀਵਾਲ ਸਾਹਿਬ ਮੇਰੇ ਜਾਣੂ ਨੇ, ਮੈਂ ਵੀ ਕੰਪੀਟੀਸ਼ਨ ਪੂਰੇ ਸਭ ਤੋਂ ਪਹਿਲਾਂ ਦੇ ਡਟੇ ਹੋਏ ਆ, ਪਹਿਲਾਂ ਟਿਕਟ ਮਿਲ ਗਈ ਉਹਨਾਂ ਨੂੰ ਤੇ ਉਹਨਾਂ ਦੇ ਬੜੀ ਨਾਰਾਜ਼ਗੀ ਨਾਲ ਕਿਹਾ ਵੀ ਜਮਾਨਤ ਜ਼ਬਤ ਹੋਊਗੀ। ਉਹ ਸਾਰ ਤੇ ਇਹੋ ਜਾਪਦੇ ਆ ਜੀ, ਭਾਵੇਂ ਸਾਡਾ ਭਰਾ ਵਾ, ਸੱਚੀ ਗੱਲ ਕਰਨ ਤੋਂ ਕਿਹੜਾ ਕੋਈ ਗਰੇਜ਼ ਕਰ ਰੱਖੂਗਾ। ਤੁਸੀਂ ਵੇਖੋ ਜਦੋਂ ਇੰਨੀ ਲਹਿਰ ਸੀ ਪਹਿਲੀ ਵਾਰ ਤੇ ਅਪਕਾਰ ਸਿੰਘ ਸੰਧੂ ਨੂੰ ਟਿਕਟ ਦੇ ਕੇ ਇਹਨਾਂ ਆਪਣੇ ਪੈਰੀ ਆਪ ਘੁਆੜਾ ਮਾਰ ਲਿਆ ਸੀ ਆਪ ਵਾਲਿਆਂ, ਤੇ ਉਹ ਛੱਡ ਕੇ ਹੁਣ ਕਾਂਗਰਸ ਚਲ ਗਿਆ। ਤੇ ਧਾਲੀਵਾਲ ਸਾਹਿਬ ਦੇ ਬ੍ਰਦਰ ਤੇ ਦੋ ਬੰਦੇ ਹੋਰ ਇਹਨਾਂ ਦੇ ਪਿੰਡ ਦੇ ਇਕੱਠੇ ਸਰਦਾਰ ਸਤਨਾਮ ਸਿੰਘ ਬਾਜਵਾ ਨਾਲ ਮਾਰੇ ਗਏ ਸੀਗੇ ਤੇ ਮੈਂ ਇਹਨਾਂ ਦੀਆਂ ਡੈਡ ਬੋਡੀਆਂ ਹੱਥੀ ਲਾਈਆਂ ਸਾਡਾ ਫਾਰਮ ਹਾਊਸ ਤੇ ਬਾਜਵਾ ਸਾਹਿਬ ਦਾ ਨਾਲ ਨਾਲ ਹੀ ਭੈਣੀ ਗੱਲਾਂ ਪਿੰਡ ਚ, ਉਹਦਾ ਸੰਤਾਪ ਵੀ ਮੈਂ ਭੋਗਿਆ, ਮੈਨੂੰ ਕਾਫੀ ਜੋਖਮ ਝੱਲਣਾ ਪਿਆ ਮੁੜ ਕੇ ਜੀ ਜੀ, ਸਾਡੇ ਪਰਿਵਾਰਕ ਸੰਬੰਧ ਵੀ ਆ। ਪਰ ਵੇਖੋ ਇਹਨਾਂ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਬਹੁਤਾ ਹਿੱਸਾ ਉਹ ਕਾਂਗਰਸ ਚ ਗੁਜ਼ਾਰਿਆ ਜੀ 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 ਜੀ, ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਰਹੇ ਨੇ ਭੱਠਲ ਦੀ ਵਜ਼ਾਰਤ ਵੇਲੇ, ਆਪਣੇ ਚਲ ਗਏ ਜਦੋਂ ਜਹਾਜ਼ ਡੁੱਬਣ ਲੱਗਾ ਤੇ ਜੇ ਤੇ ਉਹ ਭਾਊ ਦਾ ਅੰਦਾਜ਼ਾ ਠੀਕ ਹੋਇਆ ਤੇ ਫੇਰ ਤੇ
ਇੱਕ ਜਮਾਤ ਜਬਤ ਹੋਊ ਤੇ ਆ ਰਹੇ ਨੇ, ਵੇਖੋ ਆਪ ਤੀਲਾ ਤੀਲਾ ਹੋ ਗਈ। ਜਿਹੜਾ ਸਾਡੇ ਹਲਕੇ ਤੋਂ ਅਟਾਰੀ ਹਲਕੇ ਤੋਂ, ਮੇਰਾ ਪੇਂਡੂ ਹਲਕਾ ਅਟਾਰੀ ਆ, ਸ਼ਹਿਰ ਵਾਲਾ ਨੌਰਥ ਆ, ਉਹ ਜਿਹੜਾ ਮੁੰਡਾ ਜਸਵਿੰਦਰ ਸਿੰਘ ਜਹਾਂਗੀਰ ਮਾਸਟਰੀ ਜੇ ਬੀ ਟੀ ਓ ਛੱਡ ਕੇ ਤੇ ਪੀ ਡੀ ਏ ਪੀ ਕਿਹੜਾ ਖਹਿਰਾ ਸਾਹਿਬ ਨਾਲ ਚਲ ਗਿਆ ਸ਼ਹਿਰ, ਪੰਜ ਸੀਟਾਂ ਸ੍ਰੀ ਅੰਮ੍ਰਿਤਸਰ ਸ਼ਹਿਰ ਦੀਆਂ ਨੇ ਜੀ, ਉੱਥੇ ਇਹਨਾਂ ਦਾ ਬਹੁਤਾ ਵਜੂਦ ਨਹੀਂ ਹੈਗਾ। ਜਿੰਨੇ ਇਲੈਕਸ਼ਨ ਲੜੀ ਆਪ ਵੱਲੋਂ ਉਹ ਕਾਂਗਰਸ ਚਲ ਗਿਆ, ਜਿੰਨੇ ਪਹਿਲਾਂ ਲਿਖੀ ਇਲੈਕਸ਼ਨ ਲੜੀ ਸੀਗੀ ਡਾਕਟਰ ਸਵਰਗੀਏ ਦਲਜੀਤ ਸਿੰਘ ਅੱਖਾਂ ਦੇ ਮਾਹਰ ਨੇ, ਉਹਨਾਂ ਨੂੰ ਆਪ ਵਾਲਿਆਂ ਜਲੀਲ ਕਰਕੇ ਕੱਢ ਦਿੱਤਾ, ਚਲੋ ਸਵਰਗਵਾਸੀ ਹੋ ਗਏ, ਤੇ ਬਹੁਤੀ ਹੋਂਦ ਨਹੀਂ ਹੈਗੀ ਸ਼ਹਿਰ ਦੇ ਵਿੱਚ ਖਾਸ ਕਰਕੇ। ਰਾਈਟ 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 ਰਾਈਟ, ਚਲੋ ਦੁਆਵਾਂ ਨੇ ਜਿੱਤਣ ਅੱਗੇ ਵਧਣ, ਪਰ ਜਿਹੜਾ ਹਾਲਾਤ ਬਣੇ ਹੋਏ ਆ ਉਹ ਜਿਹੜੀ ਜਿਹੜੀ ਅਸਲੀ ਹਾਲਾਤ ਹੈ ਨਾ ਸ੍ਰੀ ਅੰਮ੍ਰਿਤਸਰ ਦੀ ਜੀ ਜੀ, ਕੱਲਾ ਇੱਕ ਅੰਮ੍ਰਿਤਸਰ ਦਾ ਹਲਕਾ ਵਾ ਜਿਸ 'ਚ 9 ਦੇ 9 ਐਮ ਐਲ ਏ ਇਕੱਠੇ ਆ, ਜਿੱਥੇ ਤੋਂ ਭਾਵੇਂ ਹਰਿਆ ਉਹ ਲਾਲੀ ਉਹ ਵੀ ਇਕੱਠਾ ਵਾ, ਤੇ ਸਾਰੇ ਪੰਜਾਬ ਤੋਂ ਇੱਕ ਮੁੱਠ ਜੇ ਕਾਂਗਰਸ ਆ ਤੇ ਉਹ ਅੰਮ੍ਰਿਤਸਰ 'ਚ ਆ, ਤਿੰਨ ਮੰਤਰੀ ਨੇ ਉੱਥੇ ਰਾਈਟ, ਤੇ ਜਿਹੜਾ ਕੈਂਡੀਡੇਟ ਦੂਜਾ ਆਇਆ ਵਾ ਪੁਰੀ ਸਾਹਿਬ, ਉਹਨਾਂ ਦਾ ਵਜੂਦ ਕੋਈ ਨਹੀਂ, ਜੇ ਜੇਤਲੀ ਸਾਹਿਬ ਦੇ ਪੈਰ ਨਹੀਂ ਲੱਗਣ ਦਿੱਤੇ ਅੰਮ੍ਰਿਤਸਰੀਆਂ ਦੇ, ਇਹਦਾ ਕੀ ਬਣਨਾ? ਮੈਨੂੰ ਤਾਂ ਪਤਾ ਨਹੀਂ ਹੈ ਕਿ ਪੁਰੀ ਸਾਹਿਬ ਤਾਂ ਮੇਰਾ ਖਿਆਲ ਮੱਥਾ ਮੁੱਥਾ ਟੇਕ ਕੇ ਚਲੇ ਜਾਣਗੇ, ਜਿਹੜੀ ਆ ਖਲੋਤੀ ਉਹ 5-6 ਪਾਰਟੀਆਂ ਵੱਲੋਂ ਆ। ਮਤਲਬ ਕਾਂਗਰਸ ਦੀ, ਵੈਸੇ ਮੈਨੂੰ ਲੱਗਦਾ ਅੰਮ੍ਰਿਤਸਰ ਸੀਟ ਕਾਂਗਰਸ ਦੀ ਡੈਫੀਨੇਟਲੀ ਬੜੀ ਈਜ਼ੀਐਸਟ ਸੀਟ ਹੈ, ਤੇ ਕੁਝ ਵੀ ਬਦਲ ਸਕਦੇ ਜੀ, ਜਿਹੜੀ ਹਾਲ ਦੀ ਘੜੀ ਤੱਕ ਆ ਜਦੋਂ 9 ਦੇ 9 ਹੀ ਐਮ ਐਲ ਏ ਇਕੱਠੇ ਆ, ਤੇ ਉਹ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਜੇ ਕੁਝ ਨਹੀਂ ਕਿਹਾ ਜਾ ਸਕਦਾ ਜੀ। ਤੇ ਰਿਆੜ ਸਾਹਿਬ ਰਹਿ ਗਈ ਗੱਲ ਆਪ ਵਾਲਿਆਂ ਦੀ ਜੀ, ਤੁਸੀਂ ਵੇਖੋ ਜਦੋਂ ਖਹਿਰਾ ਸਾਹਿਬ ਤੁਹਾਡੇ ਇੱਥੇ ਟੀ ਵੀ ਤੇ ਆਏ ਗਏ, ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹਨਾਂ ਦਾ ਕੋਈ ਵਜੂਦ ਨਹੀਂ, ਤੇ ਮੈਨੂੰ ਬੜਾ ਗੁੱਸੇ ਨਾਲ ਪਿਆ ਸੀ ਉਹ, ਤੇ ਅੱਜ ਹੁਣ ਉਹਨਾਂ ਨੂੰ ਪੁੱਛੋ ਵੀ ਜਿਹੜੀਆਂ ਗੱਲਾਂ ਹੀ ਕਰਦੇ ਆ ਉਹ ਤੋਂ 1000 ਗੁਣਾ ਜ਼ਿਆਦੀਆਂ, ਲੋਕਾਂ ਨੂੰ ਲਟਾ ਕੇ ਐਨ ਆਰ ਆਈਆਂ ਨੂੰ ਤੀਲਾ ਤੀਲਾ ਕਰਾ ਕੇ ਵਿਚਾਰਿਆਂ ਨੂੰ ਪਾਈ ਪਾਈ ਵਿਸ਼ਵਾਸਘਾਤ ਕਰਕੇ ਆਪ ਤੇ ਹੁਣ ਕਿਨਾਰਾ ਕਰ ਗਏ, ਲੋਕ ਹੱਥੀ ਪੜਾਈ ਮਾਰਦੇ ਫਿਰਦੇ ਵੀ ਹੁਣ ਕਿਹੜੇ ਮੂੰਹ ਨਾਲ ਪੰਜਾਬ ਵਾਲਿਆਂ ਦੀ ਗੱਲ ਕਰੀਏ। ਠੀਕ ਹੈ ਮਾਝੇ ਵਾਲਿਓ, ਬਹੁਤ ਬਹੁਤ ਸ਼ੁਕਰੀਆ ਮਾਝੇ ਵਾਲਿਓ, ਬਹੁਤ ਬਹੁਤ ਧੰਨਵਾਦ ਤੁਹਾਡਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਰਿਆੜ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਰਿਆੜ ਸਾਹਿਬ, ਜੇ ਮੈਂ ਕਹੂੰਗਾ ਪੰਜਾਬ ਦੇ ਵਿੱਚ ਜੇ ਆਪ ਦੀ ਇੱਕੋ ਇੱਕ ਚਰਨਾ ਭਗਵੰਤ ਮਾਨ ਹੁਣ 13 ਸੀਟਾਂ ਚੋਂ ਜੀ, ਵੀ ਉਹ ਰੇਸ ਦੇ ਵਿੱਚ ਹੈਗਾ ਕੋਈ ਸ਼ੱਕ ਨਹੀਂ, ਕਿਉਂਕਿ ਉਹਦਾ ਬੋਲਬਾਲਾ ਹਜੇ ਵੀ ਹੈਗਾ, ਸ਼ਬਦਾਵਲੀ ਵੀ ਆਉਂਦੀ ਹੈ, ਪਰ ਜਿਹੜਾ ਨਾ ਕੈਪਟਨ ਕਾਂਗਰਸ ਸਰਕਾਰ ਆ, ਮੇਰੇ ਖਿਆਲ ਸਾਹੋ ਸਾਹੀ ਹੋਈ ਪਈ ਹੈ, ਉਹ ਚਾਹੁੰਦੀ ਵੱਧ ਤੋਂ ਵੱਧ ਟੇਬਲ ਢਿੱਲੋਂ ਕੋਲੇ ਪੈਸਾ ਬਹੁਤ ਆ ਰਿਆੜ ਸਾਹਿਬ, ਇਹ ਕੋਸ਼ਿਸ਼ ਕਰਨਗੇ ਉੱਥੋਂ ਦਾ ਕੋਈ ਐਮ ਐਲ ਏ ਜਾਂ ਵਲੰਟੀਅਰ ਵੀ ਤੋੜਿਆ ਜਾਵੇ ਜਾਂ ਖਰੀਦਿਆ ਜਾਵੇ, ਤੇ ਕੈਪਟਨ ਬਿਲਕੁਲ ਘਬਰਾਹਟ ਚ ਹੈ। ਵੇਖੋ 2 ਸੀਟਾਂ ਇੱਕ ਪਟਿਆਲੇ ਵਾਲੀ, ਗਾਂਧੀ ਨੇ ਵੀ ਇਹਨਾਂ ਦੇ ਮਹਿਲ ਹਿਲਾ ਕੇ ਰੱਖਤੇ, ਵੀ ਕੈਪਟਨ ਨੂੰ ਕਹਿਣ ਦੀ ਕੀ ਲੋੜ ਸੀ ਵੀ ਸਾਰੇ ਐਮ ਐਲ ਏ ਜਿੱਥੋਂ ਜਿੱਥੋਂ ਤੁਹਾਡੀ ਵੋਟ ਘੱਟ ਗਈ ਜਾਂ ਜਿਹੜਾ ਨਾ ਬਣ ਸਕਿਆ ਵੀ ਉਹਦੀ ਛੁੱਟੀ ਹੋ ਸਕਦੀ ਹੈ, ਤੇ ਕਿਵੇਂ ਗਾਂਧੀ ਦੇ ਜਿਹੜੇ ਹੈਗੇ ਬਿੱਲ ਬੋਰਡ ਆ ਜਾਂ ਫਲੈਕਸ ਆ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ, ਸੋ ਇਹ ਘਬਰਾਹਟ ਚ ਜ਼ਰੂਰ ਹੈ ਦੋਨਾਂ ਸੀਟਾਂ ਚੋਂ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਜੇਕਰ ਧਰਮਵੀਰ ਗਾਂਧੀ ਦੇ ਫਲੈਕਸ ਜਾਂ ਬੋਰਡ ਵੀ ਤੋੜਦੇ ਨੇ, ਧਰਮਵੀਰ ਗਾਂਧੀ ਜਿਹੜਾ ਉਹ ਪਟਿਆਲੇ ਦੇ ਆਮ ਤੇ ਗਰੀਬ ਲੋਕਾਂ ਦੇ ਦਿਲਾਂ ਦੇ ਵਿੱਚ ਉਹਦੇ ਬੋਰਡ ਲੱਗੇ ਹੋਏ ਨੇ, ਉਤਾਰਨ ਨਾਲ ਫਰਕ ਨਹੀਂ ਪੈਣਾ, ਉਹ ਬਹੁਤ ਅੱਛੀ ਫਾਈਟ ਦੇਏਗਾ ਜਿੱਦਾਂ ਦੇ ਮਰਜ਼ੀ ਹਾਲਾਤ ਹੋਣ। ਹਾਂਜੀ ਨਹੀਂ ਡਾਕਟਰ ਸਾਹਿਬ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਤੇ ਪਰ ਇਹ ਕੋਸ਼ਿਸ਼ ਜ਼ਰੂਰ ਕਰਨਗੇ, ਅਗਲਾ ਜਿਹੜਾ ਵੀਕ ਹੋਊਗਾ ਇਹ ਕੋਸ਼ਿਸ਼ ਜ਼ਰੂਰ ਕਰਨਗੇ ਭਗਵੰਤ ਮਾਨ ਦੇ ਏਰੀਏ ਤੋਂ ਵੱਧ ਕਾਂਗਰਸੀ ਜਾਂ ਇਹਨਾਂ ਨੂੰ ਤੋੜਿਆ ਜਾਵੇ, ਇਹ ਮੇਰੇ ਖਿਆਲ ਕੋਸ਼ਿਸ਼ ਰਹੂਗੀ ਇਹਨਾਂ ਦੀ। ਜੀ ਮੈਂ ਉਹੀ ਗੱਲ ਤੇ ਮੈਂ ਧਾਲੀਵਾਲ ਸਾਹਿਬ ਨੂੰ ਕਹੀ ਸੀ ਕਿ ਇਦਾਂ ਦੇ ਅਸਾਰ ਬਣਦੇ ਜਾ ਰਹੇ ਨੇ, ਉਸ ਵੇਲੇ ਕੋਈ ਕੁਛ ਨਹੀਂ ਪੁੱਛਦਾ, ਸਿਰਫ ਸਟੇਟਮੈਂਟ ਬਦਲਣੀ ਹੁੰਦੀ ਹੈ,
ਅਮਨ ਅਰੋੜਾ ਦੇ ਕਾਂਗਰਸ ਦੇ ਵਿੱਚ ਜਾਣ ਦੀਆਂ ਕਨਸੂਆਂ ਫੁੱਟ ਰਹੀਆਂ ਨੇ ਕਿ ਅਮਨ ਅਰੋੜਾ ਦੇ ਕਾਂਗਰਸ ਦੇ ਵਿੱਚ ਜਾਣ ਦੀਆਂ ਕਨਸੂਆਂ? ਮੈਂ ਕਿੱਡੀ ਵੱਡੀ ਗੱਲ ਤੁਹਾਨੂੰ ਆਖੀ ਹੈ, ਜੇ ਗੱਲ ਸੱਚੀ ਹੁੰਦੀ ਹੈ ਕਨਸੂਆਂ ਨੇ, ਯਾਨੀ ਕਿ ਮਤਲਬ ਖੰਭਾਂ ਤੋਂ ਬਿਨਾਂ ਜਿਹੜੀਆਂ ਉਹ ਡਾਰਾਂ ਨਹੀਂ ਬਣਦੀਆਂ। ਨਹੀਂ ਰਹਿਣ ਸਰ, ਜਿਵੇਂ ਬਿਲਕੁਲ ਤੁਹਾਡੀ ਗੱਲ ਇਹ, ਕਿਉਂਕਿ ਦੂਜੀਆਂ ਪਾਰਟੀਆਂ 'ਚੋਂ ਆਏ ਹੋਏ ਆ, ਜਿਵੇਂ ਅਮਨ ਅਰੋੜਾ ਹੋ ਜਾਂ ਦੂਜੇ ਹੋਏ, ਜਿਵੇਂ ਗਾਂਧੀ ਵਰਗੇ ਦਾ ਹਿੱਲਣਾ ਮੁਸ਼ਕਲ ਹੁੰਦਾ, ਕਿਉਂਕਿ ਉਹ ਬੰਦਾ ਸੋਸ਼ਲ ਹੈ ਇੱਕ। ਮਿਹਰਬਾਨੀ ਮਿਹਰਬਾਨੀ ਧਾਰੀਵਾਲ ਸਾਹਿਬ, ਸੋਰੀ ਆਪਣੇ ਗਿੱਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਸੇ ਤਰ੍ਹਾਂ ਤੁਹਾਡੀਆਂ ਕਾਲਸ ਲਵਾਂਗਾ, ਪ੍ਰੋਗਰਾਮ ਰਹੇਗਾ ਜਾਰੀ। ਇਸੇ ਤਰ੍ਹਾਂ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ, ਔਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਤੁਹਾਡੀਆਂ ਕਾਲਸ ਜਿਹੜੀਆਂ ਨੇ ਉਹ ਸ਼ਾਇਦ ਹੁਣ ਨਾ ਲੈ ਸਕਾਂ, ਕਾਰਨ ਕਿ ਵਕਤ ਜਿਹੜਾ ਉਹ ਮੈਨੂੰ ਇਜਾਜ਼ਤ ਨਹੀਂ ਦਿੰਦਾ, ਪਰ ਤੁਹਾਡੇ ਪ੍ਰਤੀਕਰਮ ਆਮ ਆਦਮੀ ਪਾਰਟੀ ਦੇ ਆਉਣ ਵਾਲੇ ਭਵਿੱਖ ਵਾਸਤੇ ਜਿਹੜਾ ਉਹ ਈਮੇਲ ਰਾਹੀਂ ਤੁਸੀਂ ਮੈਨੂੰ ਦੇ ਸਕਦੇ ਹੋ, riyad@chessbroadcasting.com ਔਰ info@chessbroadcasting.com। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਸਮਝਾਂਗਾ ਕਿ ਇਹ ਦੇਖਣ ਨੂੰ ਮਿਲੀ ਕਿ ਅੱਜ ਦੀ ਤਰੀਕ ਦੇ ਵਿੱਚ ਆਪ ਦੀ ਗੱਲ ਜਿਹੜੀ ਹੈ ਕਿ 2000 ਜਿਹੜੀਆਂ 19 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਆਪ, ਪੰਜਾਬ ਇੱਕ ਦਿੱਲੀ ਤੋਂ ਬਾਅਦ ਇੱਕ ਇਹੋ ਜਿਹਾ ਪਲੇਟਫਾਰਮ ਸੀ ਜਿੱਥੇ ਆਪ ਦੀ ਜਿਹੜੀ ਸੀ ਉਹ ਗੱਲ ਬਣੀ, ਔਰ ਜੇਕਰ ਇਹ ਗੱਲ ਬਣਦੀ ਰੱਖ ਸਕਦੀ ਸੀ ਤਾਂ ਇਹ ਆਪ ਦੇ ਹੱਥ ਵਿੱਚ ਸੀ, ਪਰ ਆਪ ਦੀ ਜਿਹੜੀ ਸੀ ਉਹ ਖੁਦ ਗਰਜ਼ ਲੀਡਰਸ਼ਿਪ ਨੇ ਆਪਣੇ ਖੁਦ ਬਾ ਖੁਦ ਜਿਹੜੇ ਨੇ ਉਹ ਜ਼ਰੂਰ ਭਾਂਡੇ ਭੰਨੇ ਨੇ, ਜਿੱਥੇ ਪੰਜਾਬੀ ਲੰਬੇ ਸਮੇਂ ਤੋਂ ਮੈਂ ਸਮਝਾਂਗਾ ਕਿ ਅਨੰਦਪੁਰ ਮਤੇ ਦੇ ਰੂਪ ਦੇ ਵਿੱਚ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ, ਇੱਥੇ ਜੇਕਰ ਇੱਕ ਰਾਜਨੀਤਿਕ ਪਾਰਟੀ ਜਿਹੜੀ ਨਵੀਂ ਬਣੀ ਸੀ ਉਹ ਆਪਣੀ ਪਾਰਟੀ ਦੇ ਆਗੂਆਂ ਨੂੰ ਵੱਧ ਅਧਿਕਾਰ ਨਹੀਂ ਦੇ ਸਕੀ ਤਾਂ ਹੋਰ ਕੀ ਦੇ ਸਕਦੀ ਹੈ ਰਾਜਨੀਤਿਕ ਪਾਰਟੀ? ਅੱਜ ਇਹਨਾਂ ਚੋਣਾਂ ਤੋਂ ਬਾਅਦ ਇਸ ਗੱਲ ਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਬਹੁਤ ਸੰਭਵ ਹੈ ਕਿ ਆਮ ਆਦਮੀ ਪਾਰਟੀ ਦੇ ਕੋਲੋਂ ਵਿਰੋਧੀ ਧਿਰ ਦਾ ਜਿਹੜਾ ਰੁਤਬਾ ਉਹ ਜ਼ਰੂਰ ਖੁੱਸ ਜਾਏਗਾ। ਜੇਕਰ ਵਿਰੋਧੀ ਧਿਰ ਦਾ ਰੁਤਬਾ ਖੁੱਸਦਾ ਹੈ ਤਾਂ ਆਮ ਆਦਮੀ ਪਾਰਟੀ ਦੇ ਵਿੱਚੋਂ ਕਈ ਹੋਰ ਵਿਧਾਇਕ ਜਿਹੜੇ ਨੇ ਉਹ ਵੀ ਰਿਜ਼ਾਈਨ ਕਰਨਗੇ, ਔਰ ਉਸ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕੀ ਕਰਨਾ ਪਏਗਾ? ਔਰ ਇਹ ਗੱਲ ਨਹੀਂ ਕਿ PDA ਗਰੁੱਪ ਜਿਹੜਾ ਉਹ ਵੀ ਕੋਈ ਬਹੁਤ ਵੱਡੇ ਪੱਧਰ ਦੇ ਉੱਤੇ ਆਪਣਾ ਸਰੋਕਾਰ ਪੰਜਾਬ ਦੇ ਵਿੱਚ ਨਹੀਂ ਖਿਲਾਰ ਸਕੇਗਾ, ਕਿਉਂਕਿ ਵੱਖਰੇ ਵੱਖਰੇ ਰਾਸਤੇ ਨੇ, ਉਹ ਵੀ ਖਿੰਡੇ ਨੇ, ਔਰ ਇਹ ਪੰਜਾਬ ਦੀ ਬਦਕਿਸਮਤੀ ਪਿਛਲੇ 15 ਸਾਲਾਂ ਤੋਂ ਚੱਲਦੀ ਹੈ ਜਦੋਂ ਤੋਂ PPA ਬਣੀ ਸੀ ਉਸ ਵੇਲੇ ਤੋਂ, ਪਰ ਉਸ ਤੋਂ ਬਾਅਦ ਇੱਕ ਉਮੀਦ ਵੱਡੇ ਪੱਧਰ 'ਤੇ ਜਾਗੀ ਸੀ, ਪਰ ਉਸ ਉਮੀਦ ਨੂੰ ਵੀ ਬੂਰ ਪੈਂਦਾ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ। ਕੀ ਕਰਨਾ ਚਾਹੀਦਾ ਆਪ ਨੂੰ, ਜਾਂ ਕੀ ਹੋ ਸਕਦਾ ਆਪ ਦੇ ਫੇਵਰ ਦੇ ਵਿੱਚ ਇਹਨਾਂ ਚੋਣਾਂ ਤੋਂ ਬਾਅਦ, ਉਸ ਦਾ ਕਰਾਂਗੇ ਜ਼ਿਕਰ ਅਸੀਂ ਇਸ ਬ੍ਰੇਕ ਤੋਂ ਬਾਅਦ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਦੋਸਤੋ ਮੁੜ ਹਾਜ਼ਰ ਹੈ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਅੱਜ ਦਾ ਮੁੱਦਾ ਲੈ ਕੇ। ਸਮੇਂ ਸਮੇਂ ਦੇ ਉੱਤੇ ਅਸੀਂ ਆਪਣੇ ਚੈਨਲ ਦੇ ਵੱਖ ਵੱਖ ਪ੍ਰੋਗਰਾਮਾਂ ਦੇ ਵੱਲੋਂ ਅਸੀਂ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੀ ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਜਿਹੜੀਆਂ ਪ੍ਰਸਥਿਤੀਆਂ ਉਹ ਸਾਂਝੀਆਂ ਕਰਦੇ ਹਾਂ। ਖਾਸ ਤੌਰ ਦੇ ਉੱਤੇ ਪੰਜਾਬੀ ਪੰਜਾਬ ਦੇ ਨਾਲ ਆਪਣਾ ਵੱਖਰਾ ਲਗਾਓ ਰੱਖਦੇ ਆ, ਹਰ ਇੱਕ ਆਪਣੇ ਪਿੰਡ ਇਲਾਕੇ ਹਲਕੇ ਦੇ ਨਾਲ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਅਤੇ ਨੇੜਲੇ ਸੰਬੰਧ ਜਿਹੜੇ ਨੇ ਉਹ ਹੋਣ ਕਰਕੇ ਹਰ ਇੱਕ ਵਿਅਕਤੀ ਦਾ ਧਿਆਨ ਜਿਹੜਾ ਉਹ ਚੋਣਾਂ ਵੱਲ ਹੀ ਜਾਂਦਾ, ਔਰ ਮੈਂ ਸਮਝਾਂਗਾ ਕਿ ਕੁਝ ਇੱਕ ਇਸ ਤਰ੍ਹਾਂ ਦੀਆਂ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦੀ ਜਿਹੜੀ ਹੈ ਉਹ ਨਜ਼ਰ ਟਿਕੀ ਹੋਈ ਹੈ, ਜਿਨ੍ਹਾਂ ਦੇ ਵਿੱਚੋਂ ਮੈਂ ਸਮਝਾਂਗਾ ਕਿ ਬਠਿੰਡਾ ਤੋਂ ਬਾਅਦ ਜੇਕਰ ਕੋਈ ਹਾਟ ਸੀਟ ਗਿਣੀ ਜਾ ਰਹੀ ਹੈ ਤਾਂ ਇਸ ਵੇਲੇ ਗੁਰਦਾਸਪੁਰ ਜਿਹੜੀ ਸੀਟ ਹੈ ਉਹ ਗਿਣੀ ਜਾ ਰਹੀ ਹੈ। ਰਾਜਨੀਤੀ ਦੀ ਗਿਣਤੀ ਮਿਣਤੀ ਸਨੀ ਦਿਓਲ ਨੂੰ ਆਉਂਦੀ ਨਹੀਂ, ਔਰ ਟਰੱਕ ਤੋਂ ਉੱਤਰ ਕੇ ਇੱਕਦਮ ਰੇਂਜ ਰੋਵਰ ਦੇ ਵਿੱਚ ਵੀ ਚੜ੍ਹਨਾ ਪਿਆ। ਮਾਝੇ ਦੇ ਵਿੱਚ ਬਾਜ਼ਾਰ ਗਰਮ ਹੈ, ਜਿੱਥੇ ਮੈਂ ਕਹਾਂਗਾ ਕਿ ਅੰਮ੍ਰਿਤਸਰ ਸੀਟ ਜਿਹੜੀ ਹੈ ਉਹਦੇ ਉੱਤੇ ਕਾਂਗਰਸ ਜਿਹੜੀ ਹੈ ਜੇਤੂ ਪਰਚਮ ਡਾਇਰੈਕਟ ਲਹਿਰਾ ਰਹੀ ਹੈ,
ਔਰ ਉੱਥੇ ਮਾਝੇ ਦੀ ਜਿਹੜੀ ਖਡੂਰ ਸਾਹਿਬ ਸੀਟ ਹੈ ਉੱਥੋਂ ਹਰ ਇੱਕ ਬੰਦੇ ਦਾ ਇੱਕ ਜ਼ੋਰ ਲੱਗਾ ਹੋਇਆ ਕਿ ਬੀਬੀ ਖਾਲੜਾ ਜਿਹੜੇ ਨੇ ਉਹ ਮੈਂਬਰ ਪਾਰਲੀਮੈਂਟ ਵਜੋਂ ਉੱਭਰਨ, ਔਰ ਮੁਕਾਬਲਾ ਉੱਥੇ ਵੀ ਬੀਬੀ ਖਾਲੜਾ ਔਰ ਕਾਂਗਰਸ ਦੇ ਵਿਚਕਾਰ ਜਿਹੜਾ ਹੈ ਉਹ ਹੁੰਦਾ ਨਜ਼ਰ ਆ ਰਿਹਾ। ਔਰ ਇਸੇ ਤਰ੍ਹਾਂ ਗੁਰਦਾਸਪੁਰ ਦੀ ਸੀਟ ਦੇ ਉੱਤੇ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਨਹੀਂ, ਖਾਸ ਤੌਰ ਦੇ ਉੱਤੇ ਸੰਨੀ ਦਿਓਲ ਅਤੇ ਕਾਂਗਰਸ ਦੀ ਲੜਾਈ ਹੈ। ਔਰ ਇੱਥੇ ਜੇਕਰ ਜਿੱਤੇਗਾ ਸੰਨੀ ਦਿਓਲ ਜਿੱਤੇਗਾ, ਨਾ ਕਿ ਭਾਰਤੀ ਜਨਤਾ ਪਾਰਟੀ ਜਿੱਤੇਗੀ। ਆਉਣ ਵਾਲੇ ਦਿਨਾਂ ਦੇ ਵਿੱਚ ਨਾਲ ਨਾਲ ਤੁਹਾਨੂੰ ਅਸੀਂ ਚੋਣ ਵੇਰਵੇ ਅਤੇ ਚੋਣ ਸਰਵੇਖਣ ਜਿਹੜੇ ਨੇ ਉਹ ਇਸੇ ਤਰ੍ਹਾਂ ਦੱਸਾਂਗੇ, ਔਰ ਕੁਝ ਖਾਸ ਮੁੱਦਿਆਂ ਦੇ ਉੱਤੇ ਵੀ ਗੱਲ ਕਰਾਂਗੇ, ਕਿਉਂਕਿ ਮੈਂ ਜ਼ਰੂਰ ਚਾਹੁੰਦਾ ਹੁੰਦਾ ਕਿ ਕੁਝ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਹੈ ਉਹ ਖਾਸ ਮੁੱਦਿਆਂ ਦੇ ਉੱਤੇ ਗੱਲ ਕੀਤੀ ਜਾਵੇ। ਔਰ ਅਗਲੇ ਹਫ਼ਤੇ ਬਕਾਇਦਾ ਤੌਰ 'ਤੇ 11 ਤਰੀਕ ਨੂੰ ਅਸੀਂ ਮਿਸ਼ੀਗਨ ਦੇ ਲੈਂਸਿੰਗ ਸ਼ਹਿਰ ਤੋਂ ਜਿਹੜੀ ਕਿ ਲੈਂਸਿੰਗ ਸਿੱਖ ਡੇ ਪਰੇਡ ਹੁੰਦੀ ਹੈ, ਔਰ ਉੱਥੋਂ ਦੇ ਗੁਰੂ ਘਰ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਕਰਦੀਆਂ ਨੇ, ਸਰਦਾਰ ਬਲਵੀਰ ਸਿੰਘ ਜੀ, ਲਾਡੀ ਮੁਲਤਾਨੀ, ਉਹਨਾਂ ਦੇ ਸਾਥੀ, ਔਰ ਜਸ ਪੰਜਾਬੀ ਦੀ ਟੀਮ ਬਕਾਇਦਾ ਤੌਰ ਦੇ ਉੱਤੇ ਉੱਥੇ ਪਹੁੰਚ ਰਹੀ ਹੈ। ਔਰ ਉਸ ਤੋਂ ਬਾਅਦ ਅਸੀਂ ਕਲੀਵਲੈਂਡ ਵੀ ਜਾਵਾਂਗੇ, ਔਰ ਉਸ ਪਰੇਡ ਨੂੰ ਅਸੀਂ ਲਾਈਵ ਜਿਹੜਾ ਉਹ ਜਸ ਪੰਜਾਬੀ ਦੇ ਰਾਹੀਂ ਰੂਬਰੂ ਕਰਾਂਗੇ ਲੈਂਸਿੰਗ ਮਿਸ਼ੀਗਨ ਦੀ ਪਰੇਡ ਨੂੰ। ਸੋ ਪਰ ਨਾਲ ਦੀ ਨਾਲ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੀਆਂ ਪ੍ਰਸਥਿਤੀਆਂ ਤੋਂ ਜਾਣੂ ਕਰਾਉਂਦੇ ਰਹਾਂਗੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਔਰ ਜਿਹੜੇ ਭੈਣ ਭਰਾਵਾਂ ਦੀ ਗੱਲਬਾਤ ਨਹੀਂ ਹੋ ਸਕੀ, ਕੋਈ ਵੀ ਆਪਣੇ ਵਿਚਾਰ ਦੇ ਸਕਦੇ ਹੋ, ਤੁਸੀਂ riyad@justbroadcasting.com ਔਰ info@justbroadcasting.com। ਸੋ ਸੋਮਵਾਰ ਨੂੰ ਫਿਰ ਮਿਲਾਂਗੇ, ਇਜਾਜ਼ਤ ਦਿਓ, ਰੱਬ ਰਾਖਾ, ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।